ਦਰਸ਼ਕੋ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਦੇ ਨਾਲ ਤੁਹਾਡੇ ਵੱਲੋਂ ਅਸੀਂ ਗੱਲਾਂ ਕਰਨ ਜਾ ਰਹੇ ਹਾਂ, ਉਹ ਉਹਨਾਂ ਦਾ ਇੱਕ ਵੱਖਰਾ ਫੀਲਡ ਹੈ, ਇੱਕ ਅਜਿਹਾ ਫੀਲਡ ਹੈ ਜਿਸ ਦੇ ਵਿੱਚ ਬਹੁਤ ਹੀ ਘੱਟ ਲੋਕਾਂ ਨੇ ਕੰਮ ਕੀਤਾ ਹੈ। ਭਾਵੇਂ ਉਹ ਪੇਸ਼ੇ ਤੋਂ ਪੱਤਰਕਾਰ ਰਹੇ ਹਨ, ਪਰ ਹੁਣ ਉਹ ਸਾਡੇ ਦੇਸ਼ ਦੀ ਜਿਹੜੀ ਬਹੁਤ ਪਖਤਾ ਹੋਇਆ ਮਸਲਾ ਹੈ ਉਸ ਨੂੰ ਸਮਝਣ ਲਈ ਵੱਖਰੀ ਤਰ੍ਹਾਂ ਦਾ ਲਗਾਤਾਰ ਕੰਮ ਕਰਦੇ ਆ ਰਹੇ ਹਨ। ਸਿਰਫ ਦੇਸ਼ ਦੇ ਪੱਧਰ 'ਤੇ ਨਹੀਂ, ਅੰਤਰਰਾਸ਼ਟਰੀ ਪੱਧਰ 'ਤੇ ਵੀ ਉਹਨਾਂ ਦੀ ਖਿਆਤੀ ਹੈ, ਉਹਨਾਂ ਦੀ ਪ੍ਰਸਿੱਧੀ ਹੈ। ਉਹ ਕਿਸਾਨੀ ਦੇ ਮੁੱਦੇ ਨੂੰ, ਖੇਤਾਂ ਨਾਲ ਜੁੜੇ ਮੁੱਦੇ ਨੂੰ, ਖੁਰਾਕ ਨਾਲ ਜੁੜੇ ਮੁੱਦੇ ਨੂੰ, ਗਰੀਬੀ ਨਾਲ ਜੁੜੇ ਮੁੱਦਿਆਂ ਨੂੰ ਕਿਵੇਂ ਵੱਖਰੇ ਐਂਗਲ ਤੋਂ ਦੇਖਦੇ ਨੇ, ਅਤੇ ਤੁਹਾਡੇ ਨਾਲ ਉਹ ਸਾਰੀਆਂ ਗੂੜ੍ਹ ਗੱਲਾਂ ਜਿਹੜੀਆਂ ਪਰਦੇ ਪਿਛਲੀਆਂ ਗੱਲਾਂ ਤੁਹਾਨੂੰ ਹਾਲੇ ਇਸ ਮੁੱਦੇ 'ਤੇ ਸਮਝ ਨਹੀਂ ਆ ਰਹੀਆਂ ਉਹਨਾਂ ਨੂੰ ਵੀ ਸਮਝਣ ਲਈ ਅਤੇ ਖੁਲਾਸਾ ਕਰਨ ਲਈ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਆਏ ਨੇ। ਮੈਂ ਸਵਾਗਤ ਕਰਦਾ ਦਵਿੰਦਰ ਸ਼ਰਮਾ ਜੀ। ਸਤਿ ਸ਼ਰਮਾ ਜੀ, ਮੈਂ ਤੁਹਾਡੇ ਬਾਰੇ ਹੁਣ ਇੰਟਰੋਡਕਸ਼ਨ ਦਿੰਦਿਆਂ ਗੱਲਾਂ ਕਰ ਰਿਹਾ ਸੀ ਕਿ ਤੁਸੀਂ ਪੱਤਰਕਾਰ ਦੇ ਤੌਰ 'ਤੇ ਜ਼ਿੰਦਗੀ ਸ਼ੁਰੂ ਕੀਤੀ, ਪੱਤਰਕਾਰ ਤੋਂ ਤੁਰ ਕੇ ਅਚਾਨਕ ਹੀ ਗੰਭੀਰ ਮੁੱਦਿਆਂ ਵੱਲ ਕਿੱਦਾਂ ਖਿੱਚੇ ਗਏ ਤੁਸੀਂ? ਪੱਤਰਕਾਰ ਦਾ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਓਪਰਚੁਨਿਟੀ ਜਿਹੜੀ ਮੈਨੂੰ ਮਿਲੀ ਸੀਗੀ ਉਹ ਜਿਹਨੂੰ ਕਹਿੰਦੇ ਕਿ ਰਾਈਟ ਟਾਈਮ ਐਟ ਦ ਰਾਈਟ ਪਲੇਸ, ਜਾਂ ਜਿਹਨੂੰ ਕਹੋ ਕਿ ਠੀਕ ਟਾਈਮ 'ਤੇ ਮੈਂ ਇੱਕ ਜਗ੍ਹਾ ਬਿਲਕੁਲ ਠੀਕ ਆ ਗਿਆ ਸੀਗਾ। ਉਹ ਸੀਗਾ ਕਿ ਇੰਡੀਅਨ ਐਕਸਪ੍ਰੈਸ ਚੰਡੀਗੜ੍ਹ ਤੋਂ ਜਾਂ ਸਟਾਰਟ ਹੋਇਆ ਸੀਗਾ, ਔਰ ਸਾਰੇ ਦੇਸ਼ ਵਿੱਚ ਉਸ ਸਮੇਂ ਇੰਡੀਅਨ ਐਕਸਪ੍ਰੈਸ ਸਭ ਤੋਂ ਬੜਾ ਮਲਟੀ ਐਡੀਸ਼ਨ ਪੇਪਰ ਸੀ, ਤੁਹਾਨੂੰ ਯਾਦ ਹੋਏਗਾ। ਔਰ ਇੰਡੀਅਨ ਐਕਸਪ੍ਰੈਸ ਦੇ ਉਸ ਐਡਵਾਂਟੇਜ ਇਹ ਸੀਗਾ ਕਿ ਜਦ ਮੈਨੂੰ ਉਹਨਾਂ ਨੇ ਇੰਪਲੋਏ ਕੀਤਾ, ਉਹਨਾਂ ਨੇ ਕਿਹਾ ਕਿ ਸਾਰਾ ਕੰਟਰੀ ਤੁਸੀਂ ਕਵਰ ਕਰਨਾ। ਸੋ ਐਜ਼ ਅ ਜਰਨਲਿਸਟ ਮੈਂ ਟਰੈਵਲ ਕੀਤਾ ਜੀ। ਯੂਨੀਵਰਸਿਟੀ 'ਚ ਜਾਂ ਪੜ੍ਹ ਕੇ ਅਸੀਂ ਆਉਂਦੇ ਹਾਂ, ਸਾਨੂੰ ਪਤਾ ਹੁੰਦਾ ਕਿ ਜੋ ਕਿਸਾਨ ਜੋ ਹੈ ਅਗਰ ਟੈਕਨੋਲੋਜੀ ਲੈਬੋਰਟਰੀ 'ਚੋਂ ਜੋ ਆਉਂਦੀ ਹੈ ਉਹ ਨਹੀਂ ਲੈਂਦਾ ਤਾਂ ਉਹ ਖੇਤੀ ਉਹਦੀ ਇੰਪਰੂਵ ਨਹੀਂ ਹੁੰਦੀ। ਲੇਕਿਨ ਮੈਂ 10 ਸਾਲਾਂ 'ਚ ਦੇਖਿਆ, ਅਗਲੇ 10 ਸਾਲਾਂ 'ਚ ਕਿ ਜਿੰਨਾ ਕਿਸਾਨ ਨੂੰ ਅਸੀਂ ਕਹਿ ਰਹੇ ਹਾਂ ਕਿ ਲੈਬ ਟੂ ਲੈਂਡ ਕਰੋ ਜਾਂ ਟੈਕਨੋਲੋਜੀ ਲਓ, ਉਨੇ ਕਿਸਾਨ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਔਰ ਜਿੱਥੇ ਜਿੱਥੇ ਮੈਂ ਗਿਆ ਉਹ ਮੇਰੇ ਵਾਸਤੇ ਐਜੂਕੇਸ਼ਨ ਸੀ। ਅੱਛਾ, ਵੱਖਰੀ ਤਰ੍ਹਾਂ ਦੇ ਸੀ। ਆਮ ਤੌਰ 'ਤੇ ਕਿਹਾ ਜਾਂਦਾ ਸੀ ਕਿ ਜੋ ਜੋ ਤਕਨੀਕ ਮਸ਼ੀਨਾਂ ਜਾਂ ਖੇਤੀ ਦਾ ਮਸ਼ੀਨੀਕਰਨ ਕਿਸਾਨ ਦੀ ਬਿਹਤਰੀ ਲਈ ਆ, ਉਹ ਉਲਟਾ ਰਿਹਾ ਸੀ। ਜੀ ਜੀ, ਉਹ ਉਲਟਾ ਰਿਹਾ ਸੀਗਾ। ਔਰ ਜੋ ਮੈਂ ਦੇਖਿਆ ਉੱਥੇ ਫੀਲਡ ਵਿੱਚ ਜਾ ਕੇ ਕਿ ਜਿੱਥੇ ਵੀ ਕੰਟਰੀ ਦੇ ਹਰੇ ਅਲੱਗ ਅਲੱਗ ਹਿੱਸੇ 'ਚ ਕਿ ਜੋ ਅਸੀਂ ਪੜ੍ਹਾ ਰਹੇ ਸੀਗੇ, ਜੋ ਅਸੀਂ ਦੱਸ ਰਹੇ ਸੀ ਕਿਸਾਨਾਂ ਨੂੰ, ਉਹ ਤਾਂ ਉਹਨਾਂ ਨੂੰ ਜ਼ਰੂਰਤ ਨਹੀਂ ਸੀਗੀ। ਦੈਨ ਇਟ ਓਪਨ ਮਾਈ ਆਈਜ਼ ਕਿ ਵੀ ਕਿਸੇ ਨੂੰ ਤਾਂ ਖੜੇ ਹੋ ਕੇ ਜਵਾਬ ਕਰਨਾ ਪਏਗਾ, ਪੁੱਛਣਾ ਪਏਗਾ ਸਰਕਾਰ ਨੂੰ, ਸਾਇੰਟਿਸਟਾਂ ਨੂੰ ਕਿ ਅਸੀਂ ਇਹ ਕਿਉਂ ਕਰ ਰਹੇ ਹਾਂ, ਉਹ ਇਹਦਾ ਕਿੰਨਾ ਕਿਹਦਾ ਭਲਾ ਹੋ ਰਿਹਾ। ਔਰ ਜੋ ਅਸੀਂ ਉਸ ਟਾਈਮ ਵਾਰਨ ਕੀਤਾ ਸੀਗਾ ਉਹ ਅੱਜ ਤੁਸੀਂ ਦੇਖੋ ਉਹੀ ਅੱਜ ਸਾਹਮਣੇ ਆ ਰਿਹਾ। ਅੱਜ ਇਹ ਕਿੰਨੇ ਸਾਲ ਪਹਿਲਾਂ ਦੀ ਗੱਲ ਹੈਗੀ? 1980 ਦਾ ਦਸ਼ਕ ਜਿਹੜਾ ਤੁਸੀਂ ਗਿਣ ਲਓ, ਉਦੋਂ ਤੁਸੀਂ ਅਲਰਟ ਸੀਗਾ, ਅਸੀਂ ਕੀ ਅਲਰਟ ਸੀਗਾ ਜੇ ਸੰਖੇਪ ਵਿੱਚ ਆਪਾਂ ਕਹਿਣਾ ਹੋਵੇ ਤਾਂ? ਮਤਲਬ ਸੀਗਾ ਕਿ ਜੋ ਅਸੀਂ ਕ੍ਰਾਈਸਿਸ ਲੈ ਕੇ ਜਾ ਰਹੇ ਹਾਂ ਐਗਰੀਕਲਚਰ ਨੂੰ, ਉਹਦਾ ਰਿਜ਼ਲਟ ਇਹ ਹੋਏਗਾ ਕਿਸਾਨ ਆਤਮ ਹੱਤਿਆ ਵੀ ਕਰਨਗੇ, ਕਿਸਾਨ ਖੇਤੀ ਛੱਡਣਗੇ, ਹੋਰ ਕੋਈ ਚਾਰਾ ਉਹਨਾਂ ਕੋਲ ਨਹੀਂ। ਉਹਨੂੰ ਆਪਾਂ ਹਰੇ ਇਨਕਲਾਬ ਦੀ ਗੱਲ ਕਰਦੇ ਹਾਂ, ਉਹ ਗ੍ਰੀਨ ਰੈਵੋਲੂਸ਼ਨ ਦਾ ਜਿਹੜਾ ਉਸ ਟਾਈਮ ਪੀਕ ਪੀਰੀਅਡ ਸੀਗਾ, ਉਹਦਾ ਜਿਹੜਾ ਆਊਟਕਮ ਸੀਗਾ, ਰਿਜ਼ਲਟ ਹੈ ਇਹ ਕਿ ਇਹਦਾ ਨਤੀਜਾ ਇਹ ਨਿਕਲੇਗਾ। ਔਰ ਤੁਸੀਂ ਅੱਜ ਦੇਖ ਲਓ ਉਹ ਇਹ ਨਤੀਜਾ ਨਿਕਲਿਆ, 15 ਸਾਲ 'ਚ 2 ਲੱਖ ਕਿਸਾਨ ਆਤਮ ਹੱਤਿਆ ਕਰ ਚੁੱਕੇ ਆ ਸਾਰੇ ਦੇਸ਼ ਵਿੱਚ। ਤੁਹਾਨੂੰ ਇਹ ਗ੍ਰੀਨ ਰੈਵੋਲੂਸ਼ਨ ਦੇ ਨਾਲ ਜੇ ਸੰਖੇਪ ਵਿੱਚ ਕਹੇ, ਕਾਰਨ ਕੀ ਸੀਗਾ ਇਹ, ਮਤਲਬ ਕਿਉਂ ਤੁਹਾਨੂੰ ਲੱਗਾ ਕਿ ਗ੍ਰੀਨ ਰੈਵੋਲੂਸ਼ਨ ਦਾ ਇਹ ਦੇਖੀ ਅਖੀਰ ਇਹ ਹੋਣ ਵਾਲਾ? ਗ੍ਰੀਨ ਰੈਵੋਲੂਸ਼ਨ ਇੱਕ ਟਾਈਮ ਵਿੱਚ ਨਾ, ਜਿਸ ਤਰ੍ਹਾਂ ਡਾਕਟਰ ਤੁਹਾਨੂੰ ਇੱਕ ਇਲਾਜ ਕਰਦਾ ਜਿਸ ਨੂੰ ਤੁਸੀਂ ਲਾਸਟ ਸਟੇਜ 'ਤੇ ਹੋ, ਉਹ ਤਾਂ ਠੀਕ ਹੈ, ਜ਼ਰੂਰਤ ਸੀਗੀ ਹੋਇਆ, ਲੇਕਿਨ ਉਹਦੇ ਬਾਅਦ ਉਹਦਾ ਜਿਹੜਾ ਨੈਗੇਟਿਵ ਜਿਹੜਾ ਇੰਪੈਕਟ ਸੀਗਾ ਜੀ, ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੋ ਜਾਣੀ, ਪਾਣੀ ਦਾ ਸਤਰ ਬਹੁਤ ਥੱਲੇ ਚੱਲ ਜਾਣਾ, ਪੈਸਟੀਸਾਈਡਸ ਦੇ ਉਪਯੋਗ ਨਾਲ ਕੰਟੈਮੀਨੇਸ਼ਨ ਹਿਊਮਨ ਹੈਲਥ ਵਿੱਚ ਵੀ ਔਰ ਪਲੱਸ ਇਨਵਾਇਰਮੈਂਟ 'ਚ ਵੀ, ਇਹ ਸਾਰਾ ਦਾ ਜਿਹੜਾ ਮਿਲਾ ਜੁਲਾ ਕੇ ਜਿਹੜਾ ਇੰਪੈਕਟ ਪੈਣਾ ਸੀਗਾ ਉਹ ਹੈ ਕਿ ਜ਼ਮੀਨ ਜਿਹੜੀ ਹੈ ਤੁਹਾਡੀ ਤਕਰੀਬਨ ਬੰਜਰ ਹੁੰਦੀ ਜਾ ਰਹੀ ਹੈ। ਓਕੇ, ਅੱਛਾ, ਇਹ ਅਸੀਂ ਜਦ ਵਾਰਨ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ਨੇ ਕਿਹਾ ਜੀ ਕਿ ਨਹੀਂ, ਇਹਦਾ ਆਂਸਰ ਇੱਕੋ ਹੀ ਹੈ ਕਿ ਮੋਰ ਗ੍ਰੀਨ ਰੈਵੋਲੂਸ਼ਨ, ਯਾਨੀ ਤੁਸੀਂ ਹੋਰ ਫਰਟੀਲਾਈਜ਼ਰ ਪਾਓ, ਹੋਰ ਪੈਸਟੀਸਾਈਡ ਪਾਓ। ਔਰ ਰਿਜ਼ਲਟ ਇਹ ਹੋਇਆ ਕਿ ਜ਼ਮੀਨ ਦੀ ਇੰਨੀ ਮਾੜੀ ਹਾਲਤ ਹੋ ਗਈ, ਹਾਂਜੀ, ਕਿ ਅੱਜ ਦੇਖੋ ਪੰਜਾਬ, ਹਰਿਆਣਾ, ਵੈਸਟਰਨ ਯੂਪੀ, ਆਂਧਰਾ ਪ੍ਰਦੇਸ਼ ਜਾਂ ਬਾਕੀ ਵੀ ਸਾਰਾ ਦੇਸ਼ ਦੇਖ ਲਓ, ਜ਼ਮੀਨ ਤਹਿਸ ਨਹਿਸ ਹੋ ਚੁੱਕੀ ਹੈ। ਅੱਜ ਅਗਰ ਪੈਦਾਵਾਰ ਕਿਸਾਨ ਨੇ ਉਹ ਆਪਣਾ ਧਾਨ ਲੈਣਾ ਹੈ ਜਾਂ ਆਪਣਾ ਗੇਹੂੰ ਲੈਣਾ, ਜੋ ਪੈਦਾਵਾਰ ਅੱਜ ਅਚੀਵ ਕਰਦਾ ਹੈ ਉਹ ਜਿੰਨੇ ਪਿਛਲੇ ਸਾਲ, ਅਗਰ ਉਹਨੇ 5 ਸਾਲ ਪਹਿਲੇ ਵੀ ਹੋਈ ਸੀ ਤਾਂ ਉਹਨੂੰ ਦੁੱਗਣੀ ਫਰਟੀਲਾਈਜ਼ਰ ਪਾਉਂਦਾ ਅੱਜ ਉਹ ਅਚੀਵ ਕਰਨ ਵਾਸਤੇ। ਇਹ ਮਤਲਬ ਤਾਂ ਉਹਦਾ ਜਿਹੜਾ ਕੋਸਟ ਆਫ ਪ੍ਰੋਡਕਸ਼ਨ ਹੈ ਉਹ ਵੱਧ ਗਿਆ, ਜ਼ਮੀਨ ਦੀ ਕੀ ਹਾਲਤ ਕੀਤੀ ਉਹਨੇ ਉਹ ਦੇਖ ਲਓ। ਮਤਲਬ ਕਹਿੰਦਾ ਕਿ ਜੋ ਔਰਗੈਨਿਕ ਮੈਟਰ ਹੈ ਨਾ ਸੋਇਲ ਵਿੱਚ ਉਹ ਬਿਲਕੁਲ ਜ਼ੀਰੋ ਤੇ ਆ ਚੁੱਕਾ ਹੈ। ਹਾਂਜੀ, ਤਾਂ ਹੁਣ ਤਾਂ ਬੇਸਿਕ ਏ ਰੀਜਨ ਸੀਗਾ ਜਿਹਦੇ ਪਾਸੇ ਤੁਸੀਂ ਉਦੋਂ ਇਸ਼ਾਰਾ ਕੀਤਾ, ਔਰ ਇਕਨੋਮਿਕਲੀ ਸਾਰਾ ਉਹ ਗਲਤ ਸੀਗਾ, ਇਕਨੋਮਿਕਲੀ ਗਲਤ ਜਾਣਾ ਸੀ। ਦੇਖੋ ਪੰਜਾਬ, ਤੁਹਾਨੂੰ ਯਾਦ ਹੋਏਗਾ ਇੱਕ ਵਾਰੀ ਕਿਹਾ ਕਿ ਵੀ ਟਰੈਕਟਰ ਪੰਜਾਬ 'ਚ ਟਰੈਕਟਰ ਹੈ ਤਾਂ ਦੱਬ ਕੇ ਬਾਹ ਤਾਂ ਰੱਜ ਕੇ ਖਾ ਵਾਲੀ ਗੱਲ ਸੀਗੀ, ਮੁੱਛਾਂ ਪੰਜਾਬ ਦੀਆਂ ਫਾਰਮਰਸ ਦੀ ਉੱਪਰ ਹੈ ਤਾਂ ਉੱਪਰ ਟਕੜੀ ਪਾਈ ਹੋਈ, ਟਰੈਕਟਰ ਦਾ ਸਿੰਬਲ ਬਣ ਗਿਆ, ਸਿੰਬਲ ਬਣ ਗਿਆ ਸੀ, ਸਿੰਬਲ ਆਫ ਪ੍ਰੋਗਰੈਸ। ਹਾਂ, ਤੁਹਾਨੂੰ ਯਾਦ ਹੈ ਉਹ ਟਾਈਮ? ਅੱਜ ਇਹ ਹੈ ਕਿ ਇਟ ਹੈਜ਼ ਬਿਕਮ ਸਿੰਬਲ ਆਫ ਸੁਸਾਈਡਸ।
ਬਿਲਕੁਲ, ਕਿਉਂਕਿ ਇੰਨੇ ਟਰੈਕਟਰ ਹੋ ਗਏ ਆ ਪੰਜਾਬ 'ਚ, ਐਵਰੀ ਸੈਕਿੰਡ ਹਾਊਸ ਹੋਲਡ ਹੈਜ਼ ਏ ਟਰੈਕਟਰ, ਟਰੈਕਟਰ ਔਰ ਟਰੈਕਟਰ, ਪੁਰਾਣੇ ਟਰੈਕਟਰ ਵੇਚਣ ਦੀਆਂ ਮੰਡੀਆਂ ਜਿਹੜੀਆਂ ਉਹ ਇਕਨੋਮਿਕਲੀ ਵਾਇਬਲ ਨਹੀਂ ਆ ਉਹ, ਕਿਉਂਕਿ ਤੁਹਾਨੂੰ 10 ਹੈਕਟੇਅਰ ਘੱਟ ਤੋਂ ਘੱਟ ਚਾਹੀਦਾ, ਤੁਸੀਂ 2-1 ਹੈਕਟੇਅਰ ਜਿਵੇਂ ਉਹਦੀ ਕਰਤੀ ਏਕੜ ਦੇ ਉੱਤੇ ਲਈ ਬੈਠੇ ਉਹ ਸਾਰਾ ਕਲੈਪਸ ਹੋਣਾ ਸੀਗਾ, ਉਹ ਕਲੈਪਸ ਹੋ ਗਿਆ ਸਾਰਾ ਸਿਸਟਮ। ਹੁਣ ਦੇਖੋ ਕਿ ਜਿਹੜਾ ਹੁਣ ਇਹ ਸਿਸਟਮ ਜਿਹੜਾ ਹੋ ਗਿਆ, ਅਸੀਂ ਪਹਿਲੇ ਕਹਿੰਦੇ ਸੀਗੇ, ਹੁਣ ਇੱਕ ਨੈਸ਼ਨਲ ਸੈਂਪਲ ਸਰਵੇ ਆਰਗਨਾਈਜੇਸ਼ਨ ਨੇ ਇੱਕ ਸਟੱਡੀ ਕੀਤੀ ਹੈ ਜੀ, ਉਹਨਾਂ ਨੇ ਕਿਹਾ ਹੈ ਕਿ 40% ਫਾਰਮਰਸ ਵਾਂਟ ਟੂ ਕੁਇਟ ਐਗਰੀਕਲਚਰ, ਛੱਡਣਾ ਚਾਹੁੰਦੇ, ਛੱਡਣਾ ਚਾਹੁੰਦੇ, ਉਹਨਾਂ ਨੂੰ ਇੱਕ ਮੌਕਾ ਦੇ ਦਿਓ ਜਾਂ ਕੋਈ ਆਲਟਰਨੇਟਿਵ ਦੇ ਦਿਓ, ਉਹ ਛੱਡਣਾ ਚਾਹੁੰਦੇ ਜੀ। ਕਿਉਂ ਇਹ ਹੋਇਆ ਕਿ ਜ਼ਮੀਨ ਦੀ ਹਾਲਤ ਇੰਨੀ ਖਸਤਾ ਹੋ ਗਈ ਹੈ, ਆਤਮ ਹੱਤਿਆ ਕਿਸਾਨ ਮਜਬੂਰ ਹੋ ਗਏ ਕਰਨ ਵਾਸਤੇ, ਫਿਰ ਕਿਸਾਨ ਖੇਤੀ ਛੱਡਣਾ ਚਾਹੁੰਦੇ ਹੈ? ਇਹ ਸਾਡੇ ਦੇਸ਼ ਵਾਸਤੇ ਸ਼ਰਮ ਦੀ ਗੱਲ ਨਹੀਂ ਹੈ? ਜਿਹਨੂੰ ਅਸੀਂ ਕਹਿੰਦੇ ਮੇਨ ਸਟੇ ਆਫ ਕੰਟਰੀਜ਼ ਇਕੋਨਮੀ, ਅਗਰ ਕਿਸਾਨ ਨਹੀਂ ਹੈ ਤਾਂ ਕਿਸਾਨ ਅਗਰ ਦੇਸ਼ ਤੋਂ ਨਾਰਾਜ਼ ਹੈ ਜਾਂ ਆਪਣੇ ਪ੍ਰੋਫੈਸ਼ਨ ਤੋਂ ਨਾਰਾਜ਼, ਲੱਗਦਾ ਸੀ ਇਹ ਬਹੁਤ ਗੰਭੀਰ ਸੰਕਟ ਵਿੱਚ ਦੇਸ਼ ਫਸਦਾ ਜਾ ਰਿਹਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿਸਾਨ ਖੇਤੀ ਛੱਡਣਾ ਚਾਹੁੰਦੇ ਆ, ਔਰ ਕਿਸਾਨੀ ਦੇ ਵਿੱਚ ਹਾਲੇ ਸਭ ਤੋਂ ਵੱਡੀ ਪਾਪੂਲੇਸ਼ਨ ਦਾ ਹਿੱਸਾ ਲੱਗਿਆ ਹੋਇਆ। ਇੱਕ ਇਹ ਵੀ ਇੱਕ ਤਾਂ ਕਾਰਨ ਇਹ ਹੈ, 60 ਕਰੋੜ ਕਿਸਾਨ ਸਾਡੇ ਦੇਸ਼ ਵਿੱਚ ਹੈਗੇ, ਦੁਨੀਆ ਦਾ ਹਰ ਚੌਥਾ ਕਿਸਾਨ ਸਾਡੇ ਦੇਸ਼ ਵਿੱਚ ਹੈ। ਜੇ ਉਹਦੀ ਹਾਲਤ ਖਸਤਾ ਹੈ ਤਾਂ ਖੇਤੀ ਦੀ ਹਾਲਤ ਵੀ ਖਸਤਾ ਹੈ, ਇੱਕ ਗੱਲ ਤਾਂ ਇਹ ਹੈ। ਦੂਸਰੀ ਗੱਲ ਅਸੀਂ ਇਹ ਨਾ ਭੁੱਲੀਏ ਕਿ 40 ਸਾਲ ਪਹਿਲੇ ਹਰਿਤ ਕ੍ਰਾਂਤੀ ਆਉਣ ਤੋਂ ਪਹਿਲੇ ਇੰਡੀਆ ਦੀ ਪੋਜੀਸ਼ਨ ਇਹ ਸੀ ਕਿ ਸਾਡਾ ਇੱਕ ਨਾਂ ਸਰ ਮਿਲਿਆ ਸੀਗਾ, ਟਾਈਟਲ ਮਿਲਿਆ ਸੀਗਾ, ਕੰਟਰੀ ਲਿਵਿੰਗ ਇਨ ਸ਼ਿਪ ਟੂ ਮਾਊਥ ਐਗਜ਼ਿਸਟੈਂਸ। ਅੱਛਾ, ਸ਼ਿਪਸ ਤੋਂ ਖਾਣਾ ਆਉਂਦਾ ਸੀ, ਬਾਹਰੋਂ ਖਾਣਾ ਆਉਂਦਾ ਸੀਗਾ, ਸਿੱਧਾ ਭੁੱਖਿਆਂ ਦਾ ਮੂੰਹ ਜਾਂਦਾ ਸੀਗਾ ਜੀ। ਹੁਣ ਅਸੀਂ 40 ਈਅਰਸ ਲੇਟਰ ਅਸੀਂ ਵਾਪਸ ਜਾ ਰਹੇ ਹਾਂ, ਵੀ ਆਰ ਅਗੇਨ ਗੋਇੰਗ ਬੈਕ ਟੂ ਸ਼ਿਪ ਟੂ ਮਾਊਥ ਐਗਜ਼ਿਸਟੈਂਸ। ਔਰ ਹੁਣ ਇਕਨੋਮਿਸਟ ਕਹਿੰਦੇ ਪੂਰਾ ਜਿਹੜਾ ਸਵੈ ਨਿਰਭਰਤਾ ਸੀ ਉਹ ਪੁਰਾਣੀ ਗੱਲ ਹੋ ਗਈ ਹੈ, ਵਾਪਸ ਫਿਰ ਬਾਹਰੋਂ ਆਏਗਾ ਅਨਾਜ ਤੇ ਸਾਡੇ ਮੂੰਹ ਵਿੱਚ ਜਾਏਗਾ, ਨਹੀਂ ਤੇ ਨਹੀਂ। ਔਰ ਇਹ ਸਾਨੂੰ ਕਿਹਾ ਜਾ ਰਿਹਾ ਕਿ ਠੀਕ ਹੈ ਮਾਡਲ, ਲੇਕਿਨ ਤੁਸੀਂ ਅਮਰੀਕਾ ਦੇਖੋ, ਹੈਨਰੀ ਕਿਸਿੰਗਰ ਨੇ ਕਿਹਾ ਹੈ ਕਿ ਇਫ ਯੂ ਵਾਂਟ ਟੂ ਕੰਟਰੋਲ ਦੀ ਨੇਸ਼ਨਸ ਕੰਟਰੋਲ ਆਇਲ, ਇਫ ਯੂ ਵਾਂਟ ਟੂ ਕੰਟਰੋਲ ਦੀ ਸੋਸਾਇਟੀਜ਼ ਕੰਟਰੋਲ ਫੂਡ। ਉਹ ਆਪਣਾ ਕੰਟਰੋਲ ਦੁਨੀਆ 'ਤੇ ਨਹੀਂ ਛੱਡ ਰਹੇ ਹੈ, ਲੇਕਿਨ ਸਾਨੂੰ ਇਹ ਕਿਹਾ ਜਾ ਰਿਹਾ ਕਿ ਤੁਹਾਨੂੰ ਫੂਡ ਗਰੋ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਤੁਸੀਂ ਬਾਹਰੋਂ ਮੰਗਾਓ ਸਸਤਾ, ਤਾਂ ਕਿ ਅਸੀਂ ਉਹਨਾਂ 'ਤੇ ਨਿਰਭਰ ਹੋ ਜਾਈਏ। ਵੈਸੇ ਪੁਰਾਣੀ ਇੱਕ ਐਗਜ਼ਾਮਪਲ ਇਸ ਤੋਂ ਪਹਿਲਾਂ ਕਿ ਆਪਾਂ ਬ੍ਰੇਕ ਲਈਏ ਜੀ, ਕਿ ਪੁਰਾਣੇ ਜ਼ਮਾਨੇ ਦੇ ਵਿੱਚ ਰਾਜਾ ਜਿਹੜਾ ਸੀਗਾ ਉਹਦੇ ਭੰਡਾਰ ਜਿਹੜੇ ਸੀ ਉਹਨਾਂ ਵਿੱਚ ਸਭ ਤੋਂ ਵੱਡਾ ਆਰਸਲ ਹੁੰਦਾ ਸੀ ਕਿ ਉਹ ਖਾਣਾ ਜਮ੍ਹਾਂ ਕਰਕੇ ਰੱਖਦਾ ਸੀ, ਅਨਾਜ ਜਮ੍ਹਾਂ ਕਰਕੇ ਰੱਖਦਾ ਸੀ, ਤਾਂ ਕਿ ਲੋਕਾਂ ਦੀ ਜਾਨ ਉਹਦੀ ਮੁੱਠੀ ਵਿੱਚ ਸ਼ਾਇਦ ਇੱਦਾਂ ਦੀ ਕੋਈ ਗੱਲ ਹੈਗੀ। ਦਰਸ਼ਕੋ, ਆਪਾਂ ਗੱਲਾਂ ਕਰ ਰਹੇ ਹਾਂ ਦਵਿੰਦਰ ਸ਼ਰਮਾ ਜੀ ਹੋਰਾਂ ਦੇ ਨਾਲ, ਜੋ ਖੇਤੀ ਦੇ ਮੁੱਦੇ ਦੇ, ਖਾਦ ਪਦਾਰਥਾਂ ਦੇ ਮੁੱਦੇ ਦੇ ਉੱਤੇ ਅੰਤਰਰਾਸ਼ਟਰੀ ਮਾਹਰ ਨੇ, ਉਹਨਾਂ ਦੇ ਨਾਲ ਆਪਾਂ ਬਹੁਤ ਅਹਿਮ ਹੋਰ ਗੱਲਾਂ ਇਸ ਬ੍ਰੇਕ ਤੋਂ ਬਾਅਦ ਜਾਰੀ ਰੱਖਾਂਗੇ ਅਤੇ ਕਰਾਂਗੇ ਜਾਣਾ ਨੇ। ਦਰਸ਼ਕੋ, ਪ੍ਰੋਗਰਾਮ ਦੇ ਵਿੱਚ ਤੁਹਾਡਾ ਫਿਰ ਸਵਾਗਤ ਹੈ। ਬ੍ਰੇਕ ਤੋਂ ਬਾਅਦ ਆਪਾਂ ਅੱਜ ਗੱਲਾਂ ਕਰ ਰਹੇ ਹਾਂ ਦਵਿੰਦਰ ਸ਼ਰਮਾ ਹੋਰਾਂ ਨਾਲ, ਜੋ ਖੇਤੀ ਮਸਲਿਆਂ ਦੇ ਅੰਤਰਰਾਸ਼ਟਰੀ ਮਾਹਰ ਨੇ। ਸ਼ਰਮਾ ਜੀ, ਮੈਂ ਪਹਿਲਾਂ ਆਪਾਂ ਬ੍ਰੇਕ ਤੋਂ ਪਹਿਲਾਂ ਤੁਸੀਂ ਗੱਲ ਆਪਾਂ ਕਰ ਰਹੇ ਸੀ ਜੀ ਖੇਤੀ ਦੀ, ਖੇਤੀ ਕਿੱਥੋਂ ਚੱਲ ਕੇ ਅਤੇ ਕਿੱਥੇ ਪਹੁੰਚ ਗਈ ਹੈ। ਪੰਜਾਬ ਦੀ ਖੇਤੀ ਦੇ ਪ੍ਰਸੰਗ ਵਿੱਚ ਜੇ ਆਪਾਂ ਗੱਲ ਕਰਨੀ ਹੋਵੇ, ਖੇਤੀ ਭਿਆਨਕ ਸੰਕਟ ਦਾ ਸ਼ਿਕਾਰ ਹੈ, ਜਿਵੇਂ ਤੁਸੀਂ ਬਹੁਤ ਤੁਹਾਡੇ ਕਾਲਮਾਂ ਵਿੱਚ ਲਿਖਿਆ ਜਾ ਰਿਹਾ, ਅਕਸਰ ਇਹਦਾ ਪ੍ਰਗਟਾਵਾ ਹੁੰਦਾ, ਇੱਥੇ ਵੀ ਲੋਕਾਂ ਨੂੰ ਹੁਣ ਸੰਸ ਹੈ ਕਿ ਇਸਦਾ ਕੋਈ ਭਵਿੱਖ ਹੈ ਪੰਜਾਬ ਦੀ ਖੇਤੀ ਦਾ? ਪੰਜਾਬ ਨੂੰ ਇੱਕ ਜਿਹੜਾ ਇੱਕ ਕਹਿੰਦੇ ਨਾ ਇਲੂਜਨ ਦੇ ਕ੍ਰੀਏਟ ਕੀਤਾ ਗਿਆ ਕਿ ਤੁਸੀਂ ਕੰਟਰੀ ਦੇ ਫੂਡ ਬਾਉਲ ਹੋ, ਭਰਮ ਪੈਦਾ ਕੀਤਾ ਦਿੱਤੀ ਗਈ ਹੈ ਕਿ ਤੁਸੀਂ ਕੰਟਰੀ ਨੂੰ ਤੁਸੀਂ ਚਲਾਉਂਦੇ ਹੋ, ਤੁਸੀਂ ਆਪਣਾ ਜਿੰਨਾ ਜ਼ਿਆਦਾ ਪੈਦਾ ਕਰੋਗੇ ਉਹੀ ਦੇਸ਼ ਦਾ ਸੁਧਾਰ ਉਹਦੇ ਉੱਥੋਂ ਹੋਏਗਾ। ਉਹਦੇ ਕਰਕੇ ਪੰਜਾਬ ਨੇ ਪੂਰਾ ਜ਼ੋਰ ਪਾਇਆ ਪੰਜਾਬ ਐਗਰੀਕਲਚਰ 'ਚ। ਪੰਜਾਬ ਦੀ ਹਾਲਤ ਅਜੇ ਹੈ ਕਿ 50% ਸਰਪਲਸ ਤਕਰੀਬਨ ਗੇਹੂੰ ਦਾ ਔਰ ਝੋਨੇ ਦਾ ਪੰਜਾਬ ਤੋਂ ਆਉਂਦਾ ਹੈ, ਇਹ ਤਾਂ ਗੱਲ ਠੀਕ ਹੈ। ਲੇਕਿਨ ਹੁਣ ਇਹ ਹੈ ਕਿ ਉਹੀ ਜਿਹੜੇ ਪਾਸੇ ਪੰਜਾਬ ਨੂੰ ਕਿਹਾ ਗਿਆ ਸੀ ਕਿ ਤੁਸੀਂ ਫੂਡ ਬਾਉਲ ਹੋ, ਅੱਜ ਉਹ ਸਰਕਾਰ 'ਤੇ ਜਾਂ ਦੇਸ਼ 'ਤੇ ਬਰਡਨ ਬਣ ਗਿਆ। ਹੁਣ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਜਿਹੜਾ ਪੈਦਾ ਹੁੰਦੀ ਹੈ ਪ੍ਰੋਡਿਊਸ ਜਿਹੜੀ ਸਰਪਲਸ ਹੈ ਉਹ ਤੁਸੀਂ ਸੰਭਾਲੋ, ਹੁਣ ਦੇਸ਼ ਦੀ ਹੈਡਕ ਨਹੀਂ ਆ ਉਹ, ਹੁਣ ਤੁਸੀਂ ਸੰਭਾਲੋ ਉਹਨੂੰ, ਪਰ ਕਿਉਂ ਵੀ ਤੁਸੀਂ ਕਰੋ, ਆਪਣੇ ਰੱਖੋ ਵੀ ਤੁਸੀਂ, ਉਹ ਤੁਹਾਡਾ ਹੀ ਕੰਮ ਹੈਗਾ, ਔਰ ਪੈਦਾ ਵੀ ਤੁਸੀਂ ਕਰੋ, ਪੈਦਾ ਵੀ ਤੁਸੀਂ। ਸਾਰੀ ਅਫਸੋਸ ਦੀ ਗੱਲ ਇਹ ਕਿ ਪੰਜਾਬ ਜੋ ਨਹੀਂ ਸਮਝ ਰਿਹਾ ਉਹ ਹੈ ਕਿ ਐਗਰੀਕਲਚਰ ਦਾ ਹਾਲਾਤ ਤਾਂ ਦੇਸ਼ ਦੇ ਹਾਲਾਤ ਦੇ ਨਾਲ ਹੈ। ਅੱਜ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਦੀ ਔਸਤਨ ਜਿਹੜੀ ਇਨਕਮ ਹੈ ਮਹੀਨੇ ਦੀ, 5 ਬੰਦੇ ਹੋਣਗੇ ਪਰਿਵਾਰ 'ਚ ਪਲੱਸ 2 ਜਾਨਵਰ ਵੀ ਹੋਣਗੇ, ਉਹਨਾਂ ਦੀ 3,200 ਰੁਪਏ ਇਨਕਮ ਹੈ ਸਿਰਫ ਮਹੀਨੇ ਦੀ। ਇਹ ਨਵਾਂ ਜਾਇਜ਼ਾ ਕਿਸੇ ਸਰਕਾਰੀ ਸਰਕਾਰ ਦਾ ਨੈਸ਼ਨਲ ਸੈਂਪਲ ਸਰਵੇ ਆਰਗਨਾਈਜੇਸ਼ਨ ਦੀ ਰਿਪੋਰਟ ਹੈ ਜੋ ਕਹਿੰਦਾ ਹੈ ਕਿ 3,200 ਰੁਪਏ ਮੰਥਲੀ ਇਨਕਮ ਹੈ ਪੰਜਾਬ ਦੇ ਕਿਸਾਨ ਦੀ ਜੀ, ਔਰ ਦੇਸ਼ ਦੇ ਕਿਸਾਨ ਤੋਂ ਜ਼ਿਆਦਾ ਹੈ। ਦੇਸ਼ ਦੇ ਕਿਸਾਨ ਦੀ ਐਵਰੇਜ ਜਿਹੜੀ ਹੈ 2,115 ਰੁਪਏ ਹੈ। ਓਕੇ, ਹਾਂਜੀ, ਲੇਕਿਨ ਸਿਰਫ 3 ਪ੍ਰਦੇਸ਼ ਉੱਪਰ ਹੈ, ਇੱਕ ਜੰਮੂ ਕਸ਼ਮੀਰ ਸਭ ਤੋਂ ਟੋਪ 'ਤੇ ਹੈ, ਪੰਜਾਬ ਨੰਬਰ 2 'ਤੇ ਹੈ, ਕੇਰਲ ਨੰਬਰ 3 'ਤੇ ਹੈ, ਬਾਕੀ ਸਭ 2,115 ਤੋਂ ਘੱਟ ਹੈ। ਅਫਸੋਸ ਦੀ ਗੱਲ ਇਹ ਹੈ ਕਿ ਆ 84 ਸਰਕਾਰ 'ਚ ਉਹ 15,000 ਰੁਪਏ ਮਿਨੀਮਮ ਸੈਲਰੀ ਹੈ ਉਹਦੀ, ਔਰ ਕਿਸਾਨ ਦੀ ਇਨਕਮ ਤੁਸੀਂ 3,200 ਰੁਪਏ ਦੇ ਰਹੇ ਹੋ, ਤਾਂ ਖੇਤੀ ਦਾ ਹਾਲਤ ਤੁਹਾਡੇ ਸਾਹਮਣੇ ਹੈ। ਔਰ ਇੱਕ ਅਫਸੋਸ ਦੀ ਗੱਲ ਹੈ ਕਿ ਚੰਡੀਗੜ੍ਹ ਵਰਗੇ ਸ਼ਹਿਰ 'ਚ, ਲੁਧਿਆਣਾ ਵਰਗੇ ਸ਼ਹਿਰ 'ਚ ਜਿਹੜੀ ਸਾਡੇ ਕੋਲ ਮਾਈ ਕੰਮ ਕਰਨ ਆਉਂਦੀ ਹੈ ਸਵੇਰੇ, 1 ਘੰਟਾ ਕੰਮ ਕਰਦੀ ਹੈ, ਬਰਤਨ ਸਾਫ਼ ਕਰਦੀ ਹੈ, ਝਾੜੂ ਪੋਚਾ ਕਰਦੀ ਹੈ, ਉਹ ਵੀ 2,500 ਤੋਂ 3,000 ਰੁਪਏ ਲੈ ਜਾਂਦੀ ਹੈ।
ਔਰ ਇੱਕ ਕਿਸਾਨ 24/7 ਕੰਮ ਕਰਦਾ ਹੈ, ਉਹਦੇ ਬਾਵਜੂਦ ਵੀ 3,200 ਰੁਪਏ ਉਹਦੀ ਜੇਬ 'ਚ ਆਉਂਦੇ ਆ। ਜੇ ਇਹ ਹਾਲਤ ਖੇਤੀ ਦੀ ਹੋਏਗੀ ਤਾਂ ਖੁਦਕੁਸ਼ੀ ਕਰੇਗਾ, ਖੇਤੀ ਖੁਦਕੁਸ਼ੀ ਕਰੇਗਾ, ਖੇਤੀ ਛੱਡੇਗਾ ਵੀ, ਔਰ ਮਜਬੂਰ ਹੈ। ਇਹਦਾ ਜੋ ਇਹਦਾ ਇੱਕ ਹਾਂ ਕੋਈ ਤਰੀਕਾ ਕਾਰ ਇੱਕ ਤਾਂ ਇਹ ਹੈ ਇਨਕਮ, ਲੇਕਿਨ ਦੂਜੇ ਇੱਕ ਹੋਰ ਵੀ ਗੱਲ ਹੈ ਕਿ ਅਸੀਂ ਜ਼ਮੀਨ ਦੀ ਤਬਾਹੀ ਕਰਤੀ ਹੈ। ਪਾਣੀ ਦਾ ਸਤਰ ਪੰਜਾਬ ਦਾ ਇੰਨਾ ਥੱਲੇ ਜਾ ਚੁੱਕਾ ਹੈ ਕਿ ਤੁਹਾਡੇ 138 ਬਲੋਕ ਹੈਗੇ ਡਿਵੈਲਪਮੈਂਟ ਬਲੋਕ, ਡਾਰਕ ਬਲੋਕ ਹੈਗੇ, ਉਹਨਾਂ ਵਿੱਚੋਂ 108 ਡਾਰਕ ਹੋ ਚੁੱਕੇ ਹੈ। 108 ਮਤਲਬ ਹੈ ਕਿ ਜਿਹੜਾ ਜੇ 98% ਪਾਣੀ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ। ਨਾਸਾ ਦੀ ਰਿਪੋਰਟ ਆਈ ਹੈ, ਉਹਨੇ ਕਿਹਾ ਕਿ 2015 ਦੇ ਤੱਕ ਪਾਣੀ ਖਾਰਾ ਜਿਹੜਾ ਭੂਸਤਰ ਹੈ ਜਾਂ ਜ਼ਮੀਨ ਦਾ ਸਤਰ ਹੈ ਉਹ ਖਤਮ ਹੋ ਜਾਏਗਾ। ਸਿਰਫ 5 ਸਾਲ ਹੋਰ, 5-6 ਸਾਲ ਹੋਰ ਹੈ। ਜਿਹੜਾ ਤੁਹਾਡਾ ਡਿਪਾਰਟਮੈਂਟ ਆਫ ਸੋਇਲ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਉਹ ਕਹਿੰਦਾ 2020 ਤੱਕ ਖਤਮ ਹੋ ਜਾਏਗਾ। ਤੁਸੀਂ 2020 ਵੀ ਮੰਨ ਕੇ ਚੱਲੋ ਤਾਂ ਬੜਾ ਕਲੀਅਰ ਹੈ ਕਿ ਪੰਜਾਬ ਜਿਹੜਾ ਹੈਗਾ ਇੱਕ ਰੇਗਿਸਤਾਨ ਦੇ ਤਰਫ ਵੱਧ ਰਿਹਾ ਹੈ। ਔਰ ਇਹੀ ਹਾਲ ਬਹੁਤ ਸਾਲ ਪਹਿਲੇ ਸਿੰਧ ਦਾ ਸੀਗਾ ਪਾਕਿਸਤਾਨ ਵਿੱਚ, ਉਹ ਬਣ ਗਿਆ, ਬੜੇ ਪ੍ਰੋਡਕਟਿਵ ਏਰੀਆ ਸੀਗੇ, ਲੇਕਿਨ ਜੋ ਹਾਲਤ ਪੰਜਾਬ ਦੀ ਹੈ ਉਹ ਅੱਜ ਜੋ ਪਹਿਲੇ ਪੰਜਾਬ ਦੀ ਉਸ ਟਾਈਮ ਸੀਗੀ, ਅੱਜ ਜੋ ਸਿੰਧ ਜੋ ਹੈ ਉਹ ਸਾਡਾ ਸ਼ਾਇਦ ਪੰਜਾਬ ਆਉਣ ਵਾਲੇ ਦਿਨਾਂ 'ਚ ਉਹ ਹਾਲਤ ਲੈ ਲਏਗਾ। ਓਹੋ, ਤੇ ਜੇ ਇਹ ਕੰਡੀਸ਼ਨ ਹੈ ਤਾਂ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੀਦਾ? ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਦੇਖੋ ਇਹ ਇੱਕ ਕੋਈ ਸ਼ਰਮ ਦੀ ਗੱਲ ਨਹੀਂ ਹੈ, ਐਜ਼ ਅ ਨੇਸ਼ਨ ਐਜ਼ ਅ ਸਟੇਟ ਐਕਸੈਪਟ ਕਰਨਾ ਚਾਹੀਦਾ ਕਿ ਅਸੀਂ ਆਪਣੇ ਇਨਵਾਇਰਮੈਂਟ ਨੂੰ ਖਰਾਬ ਕਰਤਾ, ਲੁੱਟ ਰਹੇ ਹਾਂ, ਅਸੀਂ ਉਹਨੂੰ ਹੁਣ ਵਾਪਿਸ ਜਿਹਨੂੰ ਕਹਿੰਦੇ ਆ ਠੀਕ ਕਰਨਾ ਹੈ, ਉਹਦੇ ਵਿੱਚ ਸਾਨੂੰ ਅਸੀਂ ਟਿਕਾਊ ਖੇਤੀ ਜਾਣਾ ਪਏਗਾ, ਜ਼ਮੀਨ ਦੀ ਉਪਜਾਊ ਸ਼ਕਤੀ ਫਿਰ ਵਾਪਿਸ ਲੈ ਕੇ ਆਉਣੀ ਹੈ, ਪਾਣੀ ਦੇ ਤਰਫ ਸਾਨੂੰ ਕਰਨਾ ਪਏਗਾ ਧਿਆਨ ਕਿ ਪਾਣੀ ਅਸੀਂ ਬੜਾਈਏ ਇਸ ਤਰ, ਹਾਂਜੀ, ਪੈਸਟੀਸਾਈਡਸ ਤੋਂ ਹਟਣਾ ਪਏਗਾ। ਇਹ ਕਹਿਣਾ ਕਿ ਪੈਸਟੀਸਾਈਡ ਦੇ ਬਗੈਰ ਗੁਜ਼ਾਰਾ ਨਹੀਂ ਹੈ ਗਲਤ ਹੈ। ਹਾਂਜੀ, ਹੁਣ ਸਾਡੇ ਦੇਸ਼ ਤੋਂ ਹੈਰਾਨਗੀ ਹੋਏਗੀ, ਆਂਧਰਾ ਪ੍ਰਦੇਸ਼ ਇੱਕ ਮਾਡਲ ਹੈ ਜਿਹਦੀ ਮੈਂ ਗੱਲ ਕਰਦਾ ਹੁੰਦਾ, ਉਹਨੂੰ ਕੋਈ ਲੈਣਾ ਨਹੀਂ ਚਾਹੁੰਦਾ, ਕਿਉਂ ਉਹਦੇ ਵਿੱਚ ਨਾ ਕੰਪਨੀਆਂ ਨੂੰ ਫਾਇਦਾ ਨਹੀਂ ਹੁੰਦਾ। ਅੱਜ ਕੱਲ੍ਹ ਇਹ ਪ੍ਰੋਬਲਮ ਹੋ ਗਿਆ, ਅੱਜ ਕੱਲ੍ਹ ਟੈਕਨੋਲੋਜੀ ਉਹ ਹੁੰਦੀ ਹੈ ਜਿਹਨੂੰ ਕਿਤੇ ਮਲਟੀਨੈਸ਼ਨਲ ਕੰਪਨੀ ਨੂੰ ਜਾਂ ਵੱਡੀ ਕੰਪਨੀ ਨੂੰ ਜਿਹਨੂੰ ਪ੍ਰੋਫਿਟ ਆਏ, ਹਾਂ ਪ੍ਰੋਫਿਟ ਆਏ। ਕਿਸ 18 ਜ਼ਿਲ੍ਹੇ 'ਚ ਆਂਧਰਾ ਪ੍ਰਦੇਸ਼ ਵਿੱਚ 3 ਲੱਖ ਕਿਸਾਨ ਖੇਤੀ ਕਰਦੇ ਆ ਵਿਦਆਊਟ ਯੂਜ਼ਿੰਗ ਪੈਸਟੀਸਾਈਡਸ। ਅੱਛਾ, ਕੋਈ ਉਹਨਾਂ ਨੇ ਕੀਟਨਾਸ਼ਕ ਨਹੀਂ ਪਾਉਣਾ, ਫਰਟੀਲਾਈਜ਼ਰ ਕਟਾ ਟ੍ਰੈਡੀਸ਼ਨਲ ਵੇ ਨਾਲ ਕਰਦੇ ਨੇ ਜੀ, ਔਰ ਉਹਦੇ ਨਾਲ ਬਾਇਓਲੋਜੀਕਲ ਅਸੀਂ ਉੱਥੇ ਕੰਟਰੋਲ ਕਰਦੇ ਹਾਂ, ਸਭ ਕੁਝ ਕਰਦੇ ਹਾਂ। ਤੁਹਾਨੂੰ ਹੈਰਾਨਗੀ ਹੋਏਗੀ ਕਿ ਇਸ ਰਬੀ ਸੀਜ਼ਨ 'ਚ 2009 ਦੇ 20 ਲੱਖ ਏਕੜ 'ਚੋਂ ਖੇਤੀ ਹੋ ਰਹੀ ਹੈ, ਔਰ ਜਿਹੜਾ ਪਿਛਲਾ ਸੀਜ਼ਨ ਖਤਮ ਹੋਇਆ ਖਰੀਫ ਦਾ 14 ਲੱਖ ਏਕੜ ਸੀਗਾ, 3 ਮਹੀਨਿਆਂ 'ਚ 14 ਲੱਖ ਤੋਂ ਰਕਬਾ ਵੱਧ ਕੇ ਅੱਜ 20 ਲੱਖ ਏਕੜ ਹੋ ਗਿਆ ਔਰਗੈਨਿਕ ਖੇਤੀ ਦੇ, ਜਿਹੜੀ ਨੈਚੁਰਲ ਫਾਰਮਿੰਗ, ਨੈਚੁਰਲ ਫਾਰਮਿੰਗ। ਜੇ 20 ਲੱਖ ਏਕੜ ਹੋ ਸਕਦਾ ਹੈ ਤਾਂ 200 ਲੱਖ ਏਕੜ ਕਿਉਂ ਨਹੀਂ ਹੋ ਸਕਦਾ? ਪਰ ਉਹ ਹੋਏਗਾ ਨਹੀਂ, ਹੋਏਗਾ ਨਹੀਂ, ਕਿਉਂਕਿ ਉਹਦੇ ਪਿੱਛੇ ਕੰਪਨੀਆਂ ਦਾ ਕੰਪਨੀਆਂ, ਔਰ ਇਸ ਕਰਕੇ ਸਰਕਾਰਾਂ ਵੀ ਉਹਨੂੰ ਪ੍ਰਮੋਟ ਨਹੀਂ ਕਰਦੀਆਂ। ਲੇਕਿਨ ਉਹਦੇ ਬਾਵਜੂਦ ਵੀ ਅਗਰ 20 ਲੱਖ ਏਕੜ ਹੋ ਗਿਆ ਤਾਂ ਬਹੁਤ ਬੜਾ ਇੱਕ ਮੈਸੇਜ ਹੈ, ਇਨਕਮ ਕਿਸਾਨ ਦੀ ਵੱਧ ਗਈ ਹੈ, ਉੱਥੇ ਪੈਸਟੀਸਾਈਡਸ ਦਾ ਉਪਯੋਗ ਕਮ ਹੋਣ ਨਾਲ ਹੈਲਥ ਦੇ ਖਰਚੇ ਘੱਟ ਹੋ ਗਏ, ਕੀੜਿਆਂ ਦਾ ਪ੍ਰਕੋਪ ਵੀ ਘੱਟ ਹੋ ਗਿਆ, ਪ੍ਰੋਡਕਸ਼ਨ ਦਾ ਕੋਈ ਨੁਕਸਾਨ ਨਹੀਂ ਹੋਇਆ। ਹੁਣ ਦੱਸੋ ਹੋਰ ਕੀ ਚਾਹੀਦਾ? ਜੀ ਜੀ, ਜੇ ਕਿਸਾਨ ਨੂੰ ਅਸੀਂ ਉਹ ਮਾਡਲ ਦਈਏ, ਪੰਜਾਬ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ। ਇੱਕ ਇਹ ਵੱਡੀ ਗੱਲ ਹੈ ਕਿ ਇਹ ਕਰਨ ਨੈਚੁਰਲ ਫਾਰਮਿੰਗ ਵਾਪਸੀ ਲੈਣੀ ਪਏਗਾ, ਜ਼ਮੀਨ ਕੰਜ਼ਰਵੇਸ਼ਨ ਐਗਰੀਕਲਚਰ ਜਿਹਨੂੰ ਕਹਿੰਦੇ ਹਾਂ, ਉਹ ਸਾਡੇ ਕੋਲ ਇੱਕ ਮਾਡਲ ਹੈ, ਮਤਲਬ ਕਹਿੰਦਾ ਉਹਨੂੰ ਅਸੀਂ ਲੈ ਕੇ ਇੱਥੇ ਆ ਸਕਦੇ। ਪਰ ਇਹਦੇ ਸ਼ਰਮਾ ਜੀ ਇੱਕ ਮੇਰਾ ਛੋਟਾ ਜਿਹਾ ਮਤਲਬ ਕਿ ਜਿਹੜੇ ਪੰਜਾਬ ਦਾ ਕਿਸਾਨ ਜਿਹੜਾ ਨਾ ਹਰੇ ਇਨਕਲਾਬ ਦੀ ਐਫੂਲੈਂਸੀ ਟੇਸਟ ਕਰ ਚੁੱਕਾ, ਮਤਲਬ ਉਹ ਇੰਜੋਏ ਕਰ ਚੁੱਕਾ, ਉਹ ਤੋਂ ਹੁਣ ਘੱਟ ਆਮਦਨ ਵਾਲੀ ਖੇਤੀ ਨਹੀਂ ਕੀਤੀ ਜਾ ਰਹੀ, ਘੱਟ ਆਮਦਨ ਵਾਲੀ ਹੈ ਹੀ ਨਹੀਂ। ਹਾਂ, ਇਹਨਾਂ ਨੂੰ ਦੀ ਆਮਦਨ ਵੱਧਦੀ ਹੈ। ਅਫਸੋਸ ਸਾਨੂੰ ਇਹ ਹੈ ਕਿ ਕਿਸਾਨਾਂ ਨੂੰ ਦੱਸਿਆ ਜਾਂਦਾ ਕਿ ਜਿੰਨਾ ਤੁਸੀਂ ਕੈਮੀਕਲ ਪਾਓਗੇ ਉਨੀ ਤੁਹਾਡੀ ਇਨਕਮ ਵਧੇਗੀ। ਜੇ ਇਨਕਮ ਵੱਧਦੀ ਹੁੰਦੀ, ਤੁਸੀਂ ਮੈਨੂੰ ਦੱਸੋ ਪੰਜਾਬ ਦੇ ਕਿਸਾਨ ਦੀ ਹਾਲਤ ਇਹ ਕੀ ਹੁੰਦੀ ਕਿ 3,200 ਰੁਪਏ ਉਹਦੀ ਇਨਕਮ ਹੈ? ਸੋ ਉਹ ਵੀ ਇੱਕ ਫੈਲੇਸੀ ਹੈ, ਭਰਮ ਹੈ, ਫੈਲੇਸੀ ਭਰਮ ਹੈ। ਔਰ ਉਹ ਕਿਹਨੂੰ ਫਾਇਦਾ ਹੋਇਆ? ਉਹ ਕੰਪਨੀਆਂ ਨੂੰ ਫਾਇਦਾ ਹੋਇਆ, ਉਹਨਾਂ ਦੇ ਸਟਾਕ ਮਾਰਕੀਟ ਵੀ ਵੱਧ ਰਹੀ ਹੈ, ਉਹਨਾਂ ਦੇ ਪ੍ਰੋਫਿਟ ਵੀ ਵੱਧ ਰਹੇ, ਕਿਸਾਨ ਦੀ ਹਾਲਤ ਮਾਲੀ ਹੁੰਦੀ ਜਾ ਰਹੀ ਹੈ ਹਰ ਸੀਜ਼ਨ ਬਾਈ ਸੀਜ਼ਨ। ਤਾਂ ਜੇ ਦੂਜੀ ਗੱਲ ਇੱਕ ਹੋਰ ਹੈ ਕਿ ਮੈਂ ਇਹ ਵੀ ਕਹਿੰਦਾ ਕਿ ਜੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਪ੍ਰੋਕਿਓਰਮੈਂਟ ਜਿਹੜਾ ਪ੍ਰਾਈਸ ਹੈ ਨਾ, ਜਿਹਨੂੰ ਅਸੀਂ ਨਿਊਨਤਮ ਮੁੱਲ ਜੋ ਵੀ ਦਿੰਦੇ ਹਾਂ, ਜੀ ਜੀ, ਘੱਟ ਤੋਂ ਘੱਟ ਕੀਮਤ, ਉਹ ਨਹੀਂ ਹੈ ਸਿਸਟਮ, ਉਹ ਖੇਤੀ ਵਾਸਤੇ ਪੁਰਾਣਾ ਹੋ ਗਿਆ। ਹੁਣ ਕਿਸਾਨ ਨੂੰ ਚਾਹੀਦਾ ਡਾਇਰੈਕਟ ਇਨਕਮ ਸਪੋਰਟ, ਯਾਨੀ ਪਰ ਏਕੜ ਬੇਸ 'ਤੇ ਕਿੰਨਾ ਉਹ ਕਰ ਸਕਦਾ ਹੈ ਜਾਂ ਕਿੰਨਾ ਉਹਦੇ ਪ੍ਰੋਡਕਸ਼ਨ, ਕਿਉਂਕਿ ਦੇਖੋ ਨਾ ਕਿਸਾਨ ਵੀ ਦੇਸ਼ ਵਾਸਤੇ ਇਕਨੋਮਿਕ ਵੈਲਥ ਪ੍ਰੋਡਿਊਸ ਕਰਦਾ ਹੈ ਜੀ, ਉਸਨੂੰ ਇਕਨੋਮਿਕ ਵੈਲਥ ਨੂੰ ਆਂਕਣਾ ਚਾਹੀਦਾ ਕਿੰਨੀ ਹੈ, ਔਰ ਉਹਦਾ ਉਹਨਾਂ ਮੁਆਵਜ਼ਾ ਮਿਲਣਾ ਚਾਹੀਦਾ। ਇਹ ਜ਼ਰੂਰੀ ਨਹੀਂ ਕਿ ਅਸੀਂ ਲੋਕ ਜਿਹੜੇ ਸ਼ਹਿਰਾਂ 'ਚ ਰਹਿੰਦੇ ਹਾਂ ਅਸੀਂ ਇਕਨੋਮਿਕ ਵੈਲਥ ਪ੍ਰੋਡਿਊਸ ਕਰਦੇ ਹਾਂ, ਕਿਸਾਨ ਵੀ ਇਕਨੋਮਿਕ ਵੈਲਥ ਪ੍ਰੋਡਿਊਸ ਕਰਦਾ ਹੈ। ਤਾਂ ਕਿਸਾਨ ਬਾਰੇ ਜਿਵੇਂ ਤੁਸੀਂ ਸ਼ੁਰੂ ਵਿੱਚ ਐਗਜ਼ਾਮਪਲ ਦਿੱਤੀ ਸੀ ਕਿ ਜਿਸ ਆਮ ਤੌਰ 'ਤੇ ਐਗਜ਼ਾਮਪਲ ਨੂੰ ਵੀ ਦੁਬਾਰਾ ਤੁਸੀਂ ਸ਼ਾਇਦ ਦੇਣੀ ਚਾਹੋ ਕਿ ਜਦੋਂ ਵੀ ਕਿਸਾਨ ਦੀਆਂ ਸਬਸਿਡੀਆਂ ਜਾਂ ਕਿਸਾਨ ਲਈ ਸਹਾਇਤਾ ਦਾ ਗੱਲ ਚੱਲਦੀ ਹੈ ਤਾਂ ਅਕਸਰ ਸ਼ੋਰ ਪੈਂਦਾ ਕਿ ਇਹ ਪੈਸੇ ਕਿੱਥੋਂ ਆਉਣਗੇ ਜੀ, ਇਹ ਪੈਸਾ ਕਿੱਥੋਂ ਆਏਗਾ? ਬਿਲਕੁਲ ਠੀਕ ਕਹਿ ਰਹੇ ਹੋ। ਦੇਖੋ ਸਰ, 10 ਰੁਪਏ ਅਗਰ ਪ੍ਰੋਕਿਓਰਮੈਂਟ ਪ੍ਰਾਈਸ ਬਣਾਉਂਦੇ ਹਾਂ ਅਸੀਂ, ਹਾਂ, 10 ਰੁਪਏ ਪ੍ਰਤੀ ਕੁਇੰਟਲ, ਹਾਂ, ਤਾਂ ਉਹਦੇ ਨਾਲ 100 ਕਰੋੜ ਦਾ ਖਰਚਾ ਆਉਂਦਾ ਸਰਕਾਰ 'ਤੇ। ਹਾਂ, ਠੀਕ ਹੈ। ਔਰ ਮਿਨਿਸਟਰੀ ਆਫ ਫਾਈਨਾਂਸ ਕਹਿੰਦੀ ਹੈ ਐਗਰੀਕਲਚਰ ਨੂੰ ਕਿ ਸਾਡਾ ਫਿਸਕਲ ਡੈਫਿਸਿਟ ਵੱਧ ਜਾਏਗਾ ਇਹਦੇ ਨਾਲ, ਜੇ ਅਸੀਂ 100 ਕਰੋੜ ਸਾਡਾ ਫਿਸਕਲ ਡੈਫਿਸਿਟ ਵੱਧ ਜਾਏਗਾ। ਲੇਕਿਨ ਜਦ
1,50,000 crore रुपए का सालाना बर्डन है स्टेट्स और सेंटर के उपर। कभी किसी ने कहा कि सारा फिस्कल डेफिसिट बढ़ जाएगा? किसान को 10 रुपए देने होंगे ना, प्रोक्योरमेंट प्राइस बढ़ा दो, सारे देश हाहाकार मचदा, अखबारों से एडिटोरियल लाते हैं कि कंज्यूमर प्राइस बढ़ जाएगा, सब कुछ हो जाएगा, किसान को दबाई रखना है। शर्मा जी, बड़ी रोचक गल हैगी है कि वाकई जो किसान लिए पैसे देने तो संसद खड़ा हो जाता जी, और जे वजीरां लई वजीरां दे रिश्तेदारां लई मुफ्त हवाई सफर की सहूलत है तो कोई उस बिल ते कोई बहस ही नहीं होती, तो ये इस तरह का अक्सर होता तो। पर एक देश नूं किहड़े पासे लैके जा रहा है मतलब इस किस्म का वर्तीरा जिहड़ा सरकार दा? बस एक ही है कि भाई सोच रहे हैं कि गरीब आदमी या किसान असी उन्होंने मिलावांगे उस विच उसी श्रेणी में आएगा कि उन्होंने इग्नोर करो, डिवेलपमेंट जी है वो सिर्फ अमीर के पॉकेट च होएगी या अमीर के नाल ही होएगी, ये मन के अस चल रहे हैं। सो सारा एफर्ट जो है एक क्लास में बेनीफिट कर एट द कॉस्ट ऑफ दी। तो जो पुराना कहते होंगे कि देश की इकोनॉमी की एक्चुअली विंडो जी जी एक खिड़की सजा दो बस तो उ दिखाई जाओ, बस उ शायद उस पास चले, रियलिटी जी है वह भयानक है, इसलिए उन्होंने डिस्कस ते नशर करने की जगह उन्होंने टक दो टक दो। ये एक चल रहा है, बहुत दिलचस्प गल्लां हो रही हैं दर्शकों, आप गल्लां जारी रखांगे, हाली बहुत सारिया होर गुत्थियां है जिन्हों आप शर्मा जी के नाल गल्लां करदे हो सुलझाउण की कोशिश करेंगे। बहुत सारे वो गल्लां ने जिहड़ियां तुसीं रोज़ भुगतते हो पर हाली तक उन्होंने पिछली ग्रामर की है, पिछला भेद की है, पिछली काटो कलेश की है, वो तुहाड़ी समझ च नहीं है, आप उसनू फड़न की कोशिश करांगे एक ब्रेक तो बाद। दर्शकों, प्रोग्राम दे विच तुहाडा फिर स्वागत है। अज आपां गल्लां कर रहे हैं अंतरराष्ट्रीय प्रसिद्धि दे मालक दविंदर शर्मा जी होरां नाल, ते उहनां दे नाल गल्लां करदे हां कुछ ओ गुत्थियां ते उलझणां समझण की कोशिश कर रहे हैं जो अक्सर तुसीं फेस करदे। शर्मा जी, बड़ी दिलचस्प गल है कि हुण जिवें आपां खेती दा हुण सारी जिक्र कीता कि बुरे हाल वल जा रही है, अनाज की हालत भी माड़ी होण लगी है, देश का वड्डा वर्ग जिहड़ा खेती दे नाल संबंध इग्नोर हो रहा है, एक्चुअली उहदी जिहड़ी असली हालत आ उसनूं ढकण की कोशिश की जा रही है जी, जी, जी। कुछ एक खास किस्म के थोड़े जे जिहड़ा वर्ग वर्ग हैगा उहदी एफुलेंसी उहदी अमीरी नूं पूरे देश की अमीरी वजो पेश किया जा रहा, दिलचस्प गल है कि इहनूं आम बंदे नूं किदां समझाया जाए? अक्सर जिहड़े खबरां रोज़ भरियां हुंदियां कि साडा देश पिछले दिनां दे विच हिंदुस्तान की इकोनमी जिहड़ी आ उह दुनिया दीआं बेहतर 3 इकोनमियां दे विच आउण वाली है जी, जी, जी। तो वह बंदा सत्त च बैठा जिहड़ा अखबार पढ़ता खुश हो जाता कि जी देश अमीर हो रहा है तो मैं भी अमीर हो, यह सच है कि झूठ है? बिल्कुल ठीक है। देखो ये समझ मैंने भी नहीं आता कि क्यों है कि आम आदमी जब अखबार पढ़ता है वो कहता है कि 8% ग्रोथ हो रही है, कोई कहता 9% ग्रोथ हो रही है, प्राइम मिनिस्टर कहते 12% ग्रोथ हो सकती है, पिछले प्रेजिडेंट से अपने अब्दुल कलाम साहब वो कहते 14% ग्रोथ भी हो सकती है। आम आदमी सोचता है कि जिन्ना ज़्यादा ग्रोथ होएगी उन्ना साडा फायदा होएगा, GDP GDP कहने एक ग्रोथ है कि है। मैं कई बार डिसाइफर करने की कोशिश करता जी, असं अपने घर घर समझा हो बुजुर्गों को कि भाई ये GDP की है तो तुम डेफिनेशन दोगे GDP की, वो तो गल हो रहा है लेकिन किस तरह आम आदमी समझाइए GDP एक्चुअली इज द अमाउंट ऑफ मनी दैट एक्सचेंजेस हैड, यानी जो पैसा जो पैसा दो बंद कुछ धिर आपस बीच की लैन देन होंगे लैन देन होंगे वो GDP ऐड हो जाता है। ओके, जो हम देखो सा मतलब मसला है कि एग्जाम्पल देव तुम एक दो जी कि एक पेड़ खड़ा है जी तो GDP नहीं बढ़ती, एक खड़े हुए दरख्त के नाल GDP नहीं बढ़ती, GDP नहीं अर्थचारे में कोई वाधा नहीं, कोई वाधा नहीं होता। जे तुम पेड़ कट दो हाँ फिर वो ग्रोथ हो जाती क्योंकि किसी ने उन्हें कटिया और पैसा कटन दे पैसे मिले दिहाड़ी मिली है लकड़ी बेचन का जो पैसा मिलेगा वो किसने खरीदया किसने बेचा है तो वो GDP बढ़ जाती है। हुण तुसीं दसो कि तुहानूं पेड़ चाहिए है, कंट्री जे पेड़ होन तो ग्रोथ नहीं है, जे पेड़ कट दोगे तो ग्रोथ है, बड़ा टेढ़ा रिश्ता। दूजा तुसीं देखो पंजाब च या दिल्ली देख लो उस एग्जाम्पल, यमुना बहती है, जे यमुना साफ बह रही है ना तो GDP नहीं बढ़ती, नहीं बढ़ती ना, जे यमुना गंदी कर दो तो GDP एक नहीं 3 बार बढ़ जाती है। बड़ा इंटरेस्टिंग है, आम दर्शकों ने थोड़ा होर समझाओ कि आम कि मतलब आम तौर पर बिल्कुल भुलेखा आम बंदे बेच कि जो फिगर बढ़ती है जिम्मे अस कहने 2 अंकों में GDP चली जाएगी तो लोगों को लगता है कि असं भी अमीर हो जाएंगे कुछ सानू भी मिलेगा, बिल्कुल, पर यह तो बिल्कुल उल्टा दस उल्टा ही है। देखो हम दरख्त खड़ा है हाँ जी तो उसकी आर्थिकता में कोई वाधा नहीं, कोई वाधा नहीं, जे उन्हें बढ़ दो कट दो तो आर्थिकता में वाधा, सिमिलरली यमुना जे साफ है कोई वाधा नहीं, उन्हें गंदी कर दो तो वाधा, गंदा करने का देखो की है, पहले तो उससे पहले तो प्लांट जो लगाए हैं ये इंडस्ट्रीज अलाउ की हैं जो पोल्यूटिंग इंडस्ट्री है जी वो GDP बढ़ गई जी। फिर उन्होंने अपना जो एफ्लुएंट्स है जो हाँ। भी उन्होंने गंदपन है पानी है या जो भी है उन्होंने नदी सटिया हाँ जी, वो नदी गई नदी खराब हो गई
ਫਿਰ ਤੁਸੀਂ 1000 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਏ ਨਦੀ ਨੂੰ ਸਾਫ਼ ਕਰਨ ਵਾਸਤੇ, ਹਾਂਜੀ ਉਹ ਵੀ ਜੀ ਡੀ ਪੀ 'ਚ ਆ ਗਿਆ, ਹਾਂਜੀ ਉਹ ਕੰਟਰੀ ਜੀ ਡੀ ਪੀ ਵੱਧ ਗਈ, 1000 ਕਰੋੜ ਰੁਪਏ ਤੁਸੀਂ ਨਦੀ ਸਾਫ਼ ਕਰਨ ਵਾਸਤੇ ਲਾਏ, ਫਿਰ ਜਿਹੜਾ ਅਸੀਂ ਪਾਣੀ ਪਿੱਤਾ, ਹਾਂਜੀ ਉਹ ਪਾਣੀ ਪੋਲੂਟਿਡ ਪਾਣੀ ਹੈਗਾ, ਅਸੀਂ ਬਿਮਾਰ ਹੋਏ, ਬਿਮਾਰ ਹੋ ਕੇ ਅਸੀਂ ਡਾਕਟਰ ਕੋਲ ਗਏ, ਅਸੀਂ ਡਾਕਟਰ ਨੂੰ ਫੀਸ ਦਿੱਤੀ, ਦਵਾਈਆਂ ਵਾਲਿਆਂ ਦਾ ਕਾਰੋਬਾਰ, ਡਾਕਟਰ ਦਾ ਕਾਰੋਬਾਰ, ਉਹ ਫਿਰ ਜੀ ਡੀ ਪੀ ਵੱਧ ਗਈ। ਤੇ ਬਹੁਤ ਹੀ ਅੱਛਾ ਆਸਾਨ ਤਰੀਕਾ ਹੈ, ਤੁਸੀਂ ਨਦੀ ਗੰਦੀ ਕਰ ਦਿਓ, ਜੀ ਡੀ ਪੀ ਵੱਧਦੀ ਹੈ। ਤੁਸੀਂ ਕਾਰਾਂ ਲਿਆਓ, ਮੈਂ ਤੁਹਾਡਾ ਵਿਅੰਗ ਸਮਝ ਰਿਹਾ ਕਿ ਬੜਾ ਬੜਾ ਇਹ ਟੇਢਾ ਤਰੀਕਾ, ਪਰ ਇੱਕ ਹੋਰ ਦੇਖੋ, 30 ਬੰਦਿਆਂ ਦੀ ਜਿਹੜੀ ਇਨਕਮ ਹੈ, ਸਿਰਫ 30 ਫੈਮਿਲੀਜ਼ ਦੀ ਇਨਕਮ ਇੰਡੀਆ 'ਚ ਜਿਹੜੀ ਹੈ ਇਕਨੋਮਿਕ, ਅੱਛਾ ਸਾਡੇ ਦੇਸ਼ ਦੀਆਂ ਸਿਰਫ ਉੱਪਰਲੀਆਂ ਸਭ ਤੋਂ ਅਮੀਰ 30 ਫੈਮਿਲੀਆਂ ਦੀ ਆਮਦਨ, ਹਾਂਜੀ ਉਹ ਉਹਨਾਂ ਨੂੰ ਤੁਸੀਂ ਇਕੱਠੇ ਕਰ ਲਓ ਤਾਂ ਕੰਟਰੀ ਦੀ ਜੀ ਡੀ ਪੀ ਦਾ 1/3 ਹਿੱਸਾ ਹੈ। ਅੱਛਾ ਸਿਰਫ 30 ਬੰਦੇ, ਉਹ ਜਿਹੜਾ ਬਾਕੀ ਉਹ 30 ਫੈਮਿਲੀਆਂ ਨੂੰ ਛੱਡ ਕੇ ਜਿਹੜੇ ਕਰੋੜਾਂ ਬੰਦੇ ਆ, ਉਹ ਤੁਸੀਂ ਦੇਖੋ ਸਾਰਿਆਂ ਨੂੰ ਮਿਲਾ ਕੇ 2/3 ਵੀ ਨਹੀਂ ਬਣਦੇ, ਨਹੀਂ ਬੰਦੇ ਉਹਨਾਂ ਦਾ ਹਾਲ ਦੇਖ ਲਓ ਕਿ ਨੈਸ਼ਨਲ ਕਮਿਸ਼ਨ ਔਨ ਐਂਟਰਪ੍ਰਾਈਜ਼ ਇਨ ਅਨਆਰਗਨਾਈਜ਼ ਸੈਕਟਰ, ਇੱਕ ਕਮਿਸ਼ਨ ਸਰਕਾਰ ਨੇ ਬਣਾਇਆ, ਉਹਦੇ ਚੇਅਰਮੈਨ ਸੀਗੇ ਅਰਜੁਨ ਸੈਨ ਗੁਪਤਾ, ਇਕੋਨੋਮਿਸਟ। ਉਹਨਾਂ ਦੀ ਰਿਪੋਰਟ ਆਉਂਦੀ ਹੈ ਕਿ 77% 77% ਪਾਪੂਲੇਸ਼ਨ ਜਿਹੜੀ ਸਾਡੇ ਦੇਸ਼ ਦੀ ਹੈ, ਤਕਰੀਬਨ 84 ਕਰੋੜ ਲੋਕ, ਉਹਨਾਂ ਕੋਲ ਸਿਰਫ ਦਿਨ ਨੂੰ 20 ਰੁਪਏ ਖਰਚਣ ਦੀ ਹਿੰਮਤ ਹੁੰਦੀ ਹੈ। ਓ ਇਹਦਾ ਮਤਲਬ ਹੈ ਕਿ 2 ਵਕਤ ਦਾ ਖਾਣਾ ਨਸੀਬ ਨਹੀਂ ਹੁੰਦਾ ਉਹਨਾਂ ਨੂੰ, ਤਾਂ ਇਹ 80% ਰੱਖ ਲਓ ਤੁਸੀਂ, 80% ਪਾਪੂਲੇਸ਼ਨ ਸਾਡੀ, ਟੂ ਬੀ ਐਗਜੈਕਟ 77%, ਜੇ ਪਾਪੂਲੇਸ਼ਨ ਦਾ ਇਹ ਹਾਲ ਹੈ ਤਾਂ ਕਿਹੜੀ ਜੀ ਡੀ ਪੀ ਦੀ ਗੱਲ ਕਰ ਰਿਹਾ ਸੀ? ਤਾਂ ਬਿਲਕੁਲ ਇੱਕ ਭਰਮ ਅਤੇ ਭਰਮ ਪੈਦਾ ਕੀਤਾ ਹੋਇਆ ਕਿ ਬਈ ਜੀ ਡੀ ਪੀ ਵੜੇਗੀ, ਬਿਲਕੁਲ ਨਕਲੀ ਜਿਵੇਂ ਕਹਿੰਦੇ ਹੋ ਤੁਸੀਂ ਆਰਟੀਫਿਸ਼ਲ ਗਰੋਥ ਹੈ, ਅਸਲੀ ਗਰੋਥ ਨਹੀਂ, ਅਸਲੀ ਗਰੋਥ ਨਹੀਂ। ਅਸਲੀ ਗਰੋਥ ਤਾਂ ਜੇ 80% ਜਿਹੜੇ 84 ਕਰੋੜ ਲੋਕ ਹੈ, ਇਹਨਾਂ ਨੂੰ ਰੋਟੀ ਮਿਲ ਜਾਏ ਦਿਨ ਦੀ, ਤਾਂ ਇਹ ਗਰੋਥ ਹੈ, ਔਰ ਉਹਨੂੰ ਕੋਈ ਦੇਣਾ ਚਾਹੁੰਦਾ? ਇਹ ਸਰਕਾਰਾਂ ਕਿੰਨੀ ਦੇਰ ਤੱਕ ਇਸ ਤੋਂ ਭੱਜਦੀਆਂ ਰਹਿਣਗੀਆਂ? ਮਤਲਬ ਇਸੇ ਕਾ ਇਹੀ ਕਾਰਨ ਕਿ ਜਿਹੜਾ ਇੱਕ ਪਾਸੇ ਆਪਣੇ ਹਿੰਦੁਸਤਾਨ ਦੀ, ਜਿਵੇਂ ਹੁਣ ਅਕਸਰ ਆਪਾਂ ਗੱਲਾਂ ਪਹਿਲਾਂ ਵੀ ਆਪਾਂ ਰੈਫਰੈਂਸ ਦਿੱਤਾ ਕਿ ਦੁਨੀਆਂ ਦੇ ਸੰਸਾਰ ਦੇ ਪੱਧਰ 'ਤੇ ਅਸੀਂ 3ਜੀ ਵੱਡੀ ਇਕੋਨਮੀ ਬਣਨ ਜਾ ਰਹੇ ਹਾਂ, ਪਰ ਇਹ ਜਿਹੜਾ ਕੂੜਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਜਿਹੜਾ ਢੱਕਣ ਵਾਲਾ ਹੈਗਾ, 75% ਨੂੰ ਢੱਕ ਕੇ ਰੱਖ ਰਿਹਾ, ਬੜਾ ਮੁਸ਼ਕਲ ਹੋਏਗਾ ਬੜੇ ਦੇਰ ਤੱਕ। ਇਹੀ ਗੱਲ ਹੈ, ਤੁਸੀਂ ਦੇਖੋ ਕਿ ਪਹਿਲੇ ਜਦ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਬਣੇ ਸੀ 2004 'ਚ, ਤਾਂ ਉਹਨਾਂ ਨੇ ਕਿਹਾ ਸੀ, ਮੈਨੂੰ ਹਾਲ ਤੱਕ ਯਾਦ, ਉਹਨਾਂ ਨੇ ਆਪਣੇ ਇੱਕ ਐਡਰੈਸ ਵਿੱਚ ਕਿਹਾ ਸੀਗਾ ਕਿ 161 ਜ਼ਿਲ੍ਹੇ ਐਸੇ ਹੈ ਜਿਨ੍ਹਾਂ ਵਿੱਚ ਨੈਕਸਲਿਜ਼ਮ ਬੜ ਰਿਹਾ, ਮੌਇਜ਼ਮ ਬੜ ਰਿਹਾ, ਔਰ ਜਿਸ ਟਾਈਮ ਉਹਨਾਂ ਨੇ ਛੱਡਿਆ ਹੈ ਪਹਿਲਾਂ ਆਪਣਾ ਜੋ ਟਰਮ ਖਤਮ ਕੀਤੀ ਹੈ ਰਾਜ, ਉਹਨਾਂ ਨੇ ਛੱਡਿਆ ਇਸ ਟਾਈਮ ਪਹਿਲਾਂ ਟਰਮ ਖਤਮ ਹੋਈ ਹੈ, ਤਾਂ ਉਸ ਟਾਈਮ ਇਹ 200 ਜ਼ਿਲ੍ਹੇ ਪਾਰ ਕਰ ਚੁੱਕੇ ਸੀ ਜਿਹੜੇ ਮੌਸ ਦੇ ਕੰਟਰੋਲ ਵਿੱਚ ਸੀ। ਅੱਜ ਪਲੈਨਿੰਗ ਕਮਿਸ਼ਨ ਖੁਦ ਕਹਿੰਦਾ ਕਿ 360 ਜ਼ਿਲ੍ਹੇ ਦੇਸ਼ ਦੇ ਕਿਸੇ ਨਾ ਕਿਸੇ ਸਟ੍ਰਾਈਫ ਵਿੱਚ ਜਾਂ ਕ੍ਰਾਈਸਿਸ ਵਿੱਚ ਫੇਸ ਕਰ ਰਹੇ ਹੈ, ਯਾਨੀ ਚਾਹੇ ਉਹ ਨੈਕਸਲਿਜ਼ਮ ਹੋ ਚਾਹੇ ਟੈਰਰਿਜ਼ਮ ਹੋਏ, ਉਹ ਫੇਸ ਕਰ ਰਹੇ, ਔਰ ਦੇਸ਼ ਵਿੱਚ 600 ਦੇ ਕਰੀਬ ਜ਼ਿਲ੍ਹੇ ਹੈਗੇ ਆ। ਇਹ ਮਤਲਬ ਅੱਧਾ ਦੇਸ਼ ਜਿਹੜਾ ਹੈ ਅੱਜ ਉਹ ਅੱਜ ਬੇਚੈਨ ਹੈ, ਬੇਚੈਨ ਹੈ, ਕ੍ਰਾਈਸਿਸ ਵਿੱਚ ਹੈ, ਉਹਨੂੰ ਇਸ ਤਰੱਕੀ 'ਚੋਂ ਕੁਛ ਮਿਲ ਨਹੀਂ ਰਿਹਾ, ਉਹ ਬੇਚੈਨ ਹੈ, ਉਹ ਹਿੱਸਾ ਹੀ ਨਹੀਂ ਹੈ, ਕਿਉਂਕਿ ਅਸੀਂ ਉਹ ਇਸ ਕਰਕੇ ਹੋ ਰਿਹਾ ਕਿਉਂਕਿ ਅਸੀਂ ਐਗਰੀਕਲਚਰ ਨੂੰ ਨਿਗਲੈਕਟ ਕੀਤਾ ਹੈ, ਅਸੀਂ ਐਗਰੀਕਲਚਰ ਨੂੰ ਤਬਾਹ ਕਰ ਰਹੇ ਹਾਂ, ਐਗਰੀਕਲਚਰ ਤੋਂ ਲੋਕਾਂ ਨੂੰ ਹਟਾ ਰਹੇ ਹਾਂ, ਔਰ ਐਗਰੀਕਲਚਰ ਇਜ਼ ਅ ਫਸਟ ਡਿਫੈਂਸ। ਸ਼ਰਮਾ ਜੀ, ਆਮ ਤੌਰ 'ਤੇ ਕਿਹਾ ਹੋਈ ਜਾਂਦਾ ਕਿ ਜਿਹੜੇ ਤਰੱਕੀ ਦਾ ਪੈਰਾਮੀਟਰ ਜਿਹੜਾ ਜੀ ਜ਼ਿਆਦਾ ਪ੍ਰਚਾਰਿਆ ਹੋਇਆ ਪੈਰਾਮੀਟਰ ਹੈ ਕਿ ਜੇ ਕੋਈ ਐਗਰੀਰੀਅਨ ਖੇਤੀ ਅਰਥਚਾਰਾ ਉਦਯੋਗਿਕ ਅਰਥਚਾਰੇ ਵਿੱਚ ਬਦਲ ਜਾਂਦਾ ਹੈ, ਇੰਡਸਟਰੀਅਲ ਇਕੋਨਮੀ ਬਣ ਜਾਂਦੀ ਹੈ, ਅਤੇ ਉਹ ਤਰੱਕੀ ਉਹ ਹੀ ਆਪਣੇ ਕੀਤਾ ਜਾ ਰਿਹਾ, ਬਿਲਕੁਲ ਉਹੀ ਕੀਤਾ ਜਾ ਰਿਹਾ। ਸਾਡੇ ਇੱਥੇ ਕਿਹਾ ਜਾ ਰਿਹਾ ਕਿ ਭਾਈ ਇੰਡਸਟਰੀ ਜਿਸ ਵੀ ਕੰਟਰੀ 'ਚ ਗਰੋਥ ਹੁੰਦੀ ਹੈ, ਹਾਂ ਜ਼ਿਆਦਾ ਇੰਡਸਟਰੀ ਲੱਗਦੀ ਹੈ, ਖੇਤੀ ਘੱਟਦੀ ਜਾਂਦੀ ਹੈ, ਕਚਰ ਨੂੰ ਘੱਟ ਨਾ ਕਰਨਾ ਪੈਂਦਾ, ਔਰ ਪਰ ਇਹ ਸੱਚ ਨਹੀਂ ਹੈ, ਇਹ ਸੱਚ ਨਹੀਂ ਹੈ, ਠੀਕ ਹੈ ਅਮਰੀਕਾ 'ਚ ਹੋਇਆ, ਯੂਰਪ 'ਚ ਹੋਇਆ, ਬਸ ਸਾਡੇ ਵਰਗੇ ਦੇਸ਼ ਨੂੰ ਜਿਹੜੇ 60 ਕਰੋੜ ਕਿਸਾਨ ਹੈਗੇ ਆ ਉਹਨਾਂ ਨੂੰ ਆਪਣਾ ਮਾਡਲ ਅਲੱਗ ਲੱਭਣਾ ਪਏਗਾ, ਔਰ ਉਹ ਮਾਡਲ ਜਿਹੜਾ ਹੈ ਮਹਾਤਮਾ ਗਾਂਧੀ ਨੇ ਬਿਲਕੁਲ ਠੀਕ ਕਿਹਾ ਸੀਗਾ, ਸਾਨੂੰ ਇੱਕ ਮਾਡਲ ਚਾਹੀਦਾ ਹੈਗਾ ਡਿਵੈਲਪਮੈਂਟ ਦਾ ਜਿਹੜਾ ਉਹਨੇ ਕਿਹਾ ਸੀ, ਪ੍ਰੋਡਕਸ਼ਨ ਬਾਈ ਦੀ ਮਾਸਿਸ, ਨੋਟ ਪ੍ਰੋਡਕਸ਼ਨ ਫੋਰ ਦੀ ਮਾਸਿਸ, ਰਾਈਟ। ਯਾਨੀ ਜੋ ਦੇਖੋ ਨਾ, ਸਾਡਾ ਜਿਹੜਾ ਪ੍ਰੋਡਿਊਸਰ ਹੈ ਉਹ ਕੰਜ਼ੂਮਰ ਵੀ ਹੈ, ਅਮਰੀਕਾ ਜਿਹੜਾ ਪ੍ਰੋਡਿਊਸਰ ਹੈ ਉਹ ਕੰਜ਼ੂਮਰ ਨਹੀਂ ਹੈ, ਜੋ ਪੈਦਾ ਕਰਦਾ ਹੈ ਉਹ ਤਾਂ ਕੰਪਨੀਆਂ ਪੈਦਾ ਕਰਦੀਆਂ ਉੱਥੇ, ਹਾਂਜੀ ਜਿਹੜਾ ਕੰਜ਼ੂਮਰ ਹੈ ਉਹ ਪ੍ਰੋਡਿਊਸਰ ਨਹੀਂ ਹੈ। ਸਾਡੇ ਇੱਥੇ ਜਦ ਤੱਕ ਬੰਦਾ ਪੈਦਾ ਨਹੀਂ ਕਰੇਗਾ, ਉਹਦੇ ਹੱਥ ਵਿੱਚ ਪੈਸਾ ਨਹੀਂ ਆਏਗਾ, ਤਦ ਤੱਕ ਕੋਈ ਕੁਛ ਲੈ ਹੀ ਨਹੀਂ ਸਕਦਾ। ਜਿਹੜਾ ਹੁਣ ਵਰਤਮਾਨ ਸਾਡਾ ਦੇਸ਼ ਜਿਸ ਉੱਨਤੀ ਦਾ ਮਾਡਲ ਫਾਲੋ ਕਰ ਰਿਹਾ, ਉਹ ਸਾਡੇ ਦੇਸ਼ ਲਈ ਢੁੱਕਵਾਂ ਨਹੀਂ ਹੈ। ਜਿਸ ਕਿਸਮ ਦਾ ਸਾਡਾ ਸਮਾਜ ਹੈ, ਜਿਸ ਕਿਸਮ ਦਾ ਦਰਸ਼ਕੋ, ਬਹੁਤ ਦਿਲਚਸਪ ਗੱਲਾਂ ਹੋ ਰਹੀਆਂ, ਆਪਾਂ ਗੱਲਾਂ ਜਾਰੀ ਰੱਖਾਂਗੇ ਇਸ ਬ੍ਰੇਕ ਤੋਂ ਬਾਅਦ ਵੀ। ਦਰਸ਼ਕੋ, ਤੁਹਾਡਾ ਪ੍ਰੋਗਰਾਮ ਵਿੱਚ ਫਿਰ ਸਵਾਗਤ ਹੈ। ਅੱਜ ਆਪਾਂ ਗੱਲਾਂ ਕਰ ਰਹੇ ਹਾਂ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਖੇਤੀ ਮਾਹਰ, ਖੇਤੀ ਮਸਲਿਆਂ ਦੇ ਮਾਹਰ ਦਵਿੰਦਰ ਸ਼ਰਮਾ ਜੀ ਹੋਰਾਂ ਨਾਲ। ਸ਼ਰਮਾ ਜੀ, ਪਹਿਲਾਂ ਕਾਫੀ ਬਹੁਤ ਸਾਰੀਆਂ ਗੱਲਾਂ ਪਹਿਲੇ 3 ਸੈਗਮੈਂਟ ਦੇ ਵਿੱਚ ਆਪਾਂ ਕੀਤੀਆਂ ਨੇ, ਕੁਛ ਗੱਲਾਂ ਹੋਰ ਪੰਜਾਬ ਵਾਲੇ ਪਾਸੇ ਮੈਂ ਤੁਹਾਨੂੰ ਫਿਰ ਦੁਬਾਰਾ ਲਿਆਉਣਾ ਚਾਹੁੰਦਾ। ਪੰਜਾਬ ਦੇ ਵਿੱਚ ਪਿਛਲੇ ਜਦੋਂ ਤੋਂ, ਸ਼ਾਇਦ ਪਿਛਲੇ 5 ਅਤੇ 3-8 ਸਾਲਾਂ ਤੋਂ ਇੱਕ ਖਾਸ ਕਿਸਮ, ਵੈਸੇ ਤਾਂ ਪੂਰੇ ਦੇਸ਼ ਵਿੱਚ ਓਵਰਆਲ ਵੀ ਹੋਇਆ,
ਤੇ ਇੱਥੇ ਵੀ ਲੋਕਾਂ ਨੇ ਨੇੜਿਓਂ ਉਹ ਸਾਰਾ ਦੇਖਿਆ ਕਿ ਇਨਫਰਾਸਟ੍ਰਕਚਰ ਬਣਾਉਣ ਦਾ ਇੱਕ ਦੌਰ ਸ਼ੁਰੂ ਹੋਇਆ ਜਿਹਦੇ ਵਿੱਚ ਮਾਲਸ ਬਣ ਰਹੀਆਂ ਨੇ, ਬਿਲਡਿੰਗਾਂ ਬਣ ਰਹੀਆਂ ਨੇ, ਹਾਊਸਿੰਗ ਕਲੋਨੀਆਂ ਬਣ ਰਹੀਆਂ ਨੇ। ਉਹਦੇ ਵਿੱਚ ਜਿਹੜਾ ਲੱਗਦਾ ਲੋਕ ਹੁਣ ਇਹ ਕਹਿਣ ਲੱਗ ਗਏ ਕਿ ਥੋੜ੍ਹੇ ਚਿਰਾਂ ਬਾਅਦ ਲੋਕ ਇਹ ਕਿਹਾ ਕਰਨਗੇ ਇੱਥੇ ਜਿੱਥੇ ਉਹ ਬਹੁਤ ਵੱਡੀਆਂ ਵੱਡੇ ਸਕਾਈ ਸਕ੍ਰੈਪਰਸ ਹੈਗੇ, ਕਦੇ ਇੱਥੇ ਪੰਜਾਬ ਹੋਇਆ ਕਰਦਾ ਸੀ, ਅਤੇ ਲੱਗਦਾ ਇੱਧਰ ਨੂੰ ਜਾਏਗਾ ਸਾਰਾ ਕੁਛ ਜੇ ਨਹੀਂ ਰੋਕਿਆ, ਜਾਂ ਕਿੱਦਾਂ ਰੋਕਣਾ ਚਾਹੀਦਾ ਹੈ? ਹਿੰਦੁਸਤਾਨ ਦੇ ਹੁਣ ਇੱਕ ਤਾਂ ਅਸੀਂ ਪਹਿਲੇ ਕਹਿੰਦੇ ਸੀ ਇੰਡੀਆ ਔਰ ਭਾਰਤ ਹੋਏਗਾ, ਭਾਰਤ ਜਿਹੜਾ ਗ੍ਰਾਮੀਣ ਦੇਸ਼ ਜਿਹੜਾ ਹੈਗਾ ਭਾਰਤ ਔਰ ਸ਼ਹਿਰ ਵਾਲਾ ਇੰਡੀਆ। ਮੇਰਾ ਮੰਨਣਾ ਕਿ ਹੁਣ ਤਿੰਨ ਹਿੱਸਿਆਂ 'ਚ ਚਲਾ ਗਿਆ। ਇੱਕ ਤਾਂ ਹੁਣ ਹੋ ਗਿਆ ਨਿਊਯਾਰਕ, ਤੁਸੀਂ ਜਾਓ ਅਮੈਰੀਕਾ 'ਚ ਤਾਂ ਇੱਕ ਮੈਨਹਟਨ ਆਇਲੈਂਡ ਹੈ, ਇੱਕ ਮੈਨਹਟਨ ਹੋਏਗਾ, ਇੱਕ ਇੰਡੀਆ ਹੋਏਗਾ, ਇੱਕ ਭਾਰਤ ਹੋਏਗਾ, ਇੱਕ ਮੈਨਹਟਨ ਨਵਾਂ ਐਡ ਹੋ ਗਿਆ, ਨਵਾਂ ਹੋ ਗਿਆ ਐਡ। ਉਹ ਜਿਹਨਾਂ ਚੀਜ਼ਾਂ 'ਚ ਸਪੈਸ਼ਲ ਇਕਨੋਮਿਕ ਜ਼ੋਨ ਹੋਣਗੇ, ਮਾਲਸ ਹੋਣਗੇ, ਇਸ ਜੋ ਤੁਸੀਂ ਕਹਿ ਰਹੇ ਹੋ ਰੀਅਲ ਇਸਟੇਟ ਦੇ ਜਿਹੜੇ ਗੋਲਫ ਕੋਰਸਿਸ ਇਹ ਸਭ ਕੁਛ ਹੋਣਗੇ, ਉਹ ਤਾਂ ਬਣ ਜਾਏਗਾ ਮੈਨਹਟਨ। ਇੰਡੀਆ ਰਹਿ ਜਾਏਗਾ ਜਿਸਾਂ ਦਿੱਲੀ ਵਰਗਾ ਸ਼ਹਿਰ ਹੋਇਆ, ਚੰਡੀਗੜ੍ਹ ਸ਼ਹਿਰ ਹੋ ਗਿਆ, ਜਾਂ ਆਪਣਾ ਲੁਧਿਆਣਾ ਹੋ ਗਿਆ, ਇਹ ਤਾਂ ਹੋ ਜਾਏਗਾ ਇੰਡੀਆ। ਬਾਕੀ ਜਿਹੜੇ ਪਿੰਡ ਹੈਗੇ ਉਹ ਖਾਲੀ ਕਿਤੇ ਜਾ ਰਹੇ ਆ, ਉਹ ਖਾਲੀ ਜਿਹੜੇ ਪਿੰਡ ਹੈਗੇ ਆ ਉਹ ਰਹਿ ਜਾਣਗੇ, ਉਹ ਰਹਿ ਜਾਏਗਾ ਭਾਰਤ। ਪਰ ਇਹ ਸਾਰੇ ਜਿਹੜੇ ਜਿਹੜਾ ਭਾਰਤ ਹੈ, ਜਿਹੜੇ ਇਸ ਕਿਸਮ ਦਾ ਭਾਰਤ ਰਹੇਗਾ, ਉਹ ਇੱਕ ਵੱਖਰੇ ਵੱਖਰੇ, ਮਤਲਬ ਪਹਿਲਾਂ ਸ਼ਾਇਦ ਭਾਰਤ ਕੰਟੇਨ ਹੋ ਜਾਂਦਾ, ਜਿਸ ਤਰ੍ਹਾਂ ਹੁਣ ਮੀਡੀਆ ਤੁਹਾਨੂੰ ਐਕਸਪੋਜਰ ਦੇ ਰਿਹਾ ਕਿ ਸ਼ਹਿਰ ਹੈ ਜਿੱਥੇ ਐਵਨਿਊਜ਼ ਨੇ ਕੰਮ ਕਰਨ ਦੇ, ਇਹ ਪਿੰਡ 'ਚ ਤੁਸੀਂ ਰਹੋਗੇ ਤੁਸੀਂ ਭੁੱਖੇ ਮਰੋਗੇ, ਤੁਸੀਂ ਸ਼ਹਿਰ ਵੱਲ ਜਾਓ, ਸ਼ਹਿਰ ਤੋਂ ਮੈਨਹਟਨ ਵੱਲ ਜਾਓ। ਤਾਂ ਇਹ ਜਿਹੜੇ ਜਿਹੜੀ ਤੋਰ ਸ਼ੁਰੂ ਹੋ ਗਈ ਹੈ ਲੋਕਾਂ ਦੀ, ਇਹ ਕਿੱਥੇ ਲੈ ਕੇ ਜਾ ਗਈ ਸ਼ਹਿਰਾਂ ਦੇ ਸ਼ਹਿਰ? ਤੁਸੀਂ ਗੱਡੀਆਂ ਦੀਆਂ ਗੱਡੀਆਂ ਆ ਕੇ ਸ਼ਹਿਰਾਂ ਵਿੱਚ ਖਾਲੀ ਹੋ ਰਹੀਆਂ। ਬਿਲਕੁਲ ਠੀਕ ਕਰ ਰਹੇ ਹੋ, ਇਹੀ ਅਗਰ ਅਸੀਂ ਕਨਵੇ ਕਰੀਏ ਲੋਕਾਂ ਨੂੰ ਸਮਝ ਆਉਂਦਾ ਕਿ ਹੋ ਰਿਹਾ। 1996 ਮੈਨੂੰ ਯਾਦ ਹੈ ਇੱਕ ਵਰਲਡ ਬੈਂਕ ਦੀ ਇੱਕ ਰਿਪੋਰਟ ਆਈ ਸੀਗੀ ਜੀ, ਔਰ ਉਸ ਮੀਟਿੰਗ 'ਚ ਮੈਂ ਪ੍ਰੈਜੈਂਟ ਸੀਗਾ ਜੀ। ਉਹਨਾਂ ਨੇ ਕਿਹਾ ਕਿ 2015 ਉਸ ਟਾਈਮ ਤੋਂ 20 ਸਾਲ ਅੱਗੇ, 2015 ਤੱਕ ਜਿਹੜੇ ਬੰਦੇ ਹਿੰਦੁਸਤਾਨ 'ਚ ਪਿੰਡਾਂ ਤੋਂ ਸ਼ਹਿਰਾਂ ਤਰਫ਼ ਪਲਾਨ ਕਰਨਗੇ, ਉਹਨਾਂ ਦੀ ਜਨਸੰਖਿਆ ਜਿਹੜੀ ਹੈ ਉਹ ਇੰਗਲੈਂਡ ਦੀ, ਫਰਾਂਸ ਦੀ ਔਰ ਜਰਮਨੀ ਦੀ ਪਾਪੂਲੇਸ਼ਨ ਤੋਂ ਦੁੱਗਣੀ ਹੋਏਗੀ। ਅੱਛਾ, ਤਾਂ ਉਹਨਾਂ ਦੀ ਪਾਪੂਲੇਸ਼ਨ ਜਰਮਨੀ, ਫਰਾਂਸ ਔਰ ਇੰਗਲੈਂਡ ਦੀ ਤਕਰੀਬਨ 20 ਕਰੋੜ ਹੈ, ਅਤੇ 40 ਕਰੋੜ 40 ਕਰੋੜ ਲੋਕ ਇਸ ਹਿੰਦੁਸਤਾਨ 'ਚ ਸ਼ਹਿਰਾਂ ਪਿੰਡਾਂ ਤੋਂ ਸ਼ਹਿਰਾਂ ਵੱਲ ਤਰਫ਼ ਪਲਾਨ ਕਰਨਗੇ। ਇਹ ਮੈਂ ਸੋਚਿਆ ਸੀਗਾ ਕਿ ਇਹ ਵਾਰਨਿੰਗ ਹੈ, ਲੇਕਿਨ ਤੁਹਾਨੂੰ ਹੈਰਾਨਗੀ ਹੋਏਗੀ ਕਿ ਜਿਹੜੀ 2008 ਦੀ ਵਰਲਡ ਡਿਵੈਲਪਮੈਂਟ ਰਿਪੋਰਟ ਆਈ ਹੈ ਵਰਲਡ ਬੈਂਕ ਦੀ, ਉਹ ਇਹ ਕਹਿੰਦੀ ਹੈ ਕਿ ਹੁਣ ਇਸ ਪ੍ਰੋਸੈਸ ਨੂੰ ਅਮਲੀ ਜਾਮਾ ਪਹਿਨਾਇਆ ਜਾਏ, ਯਾਨੀ ਉਹ ਕਹਿੰਦੇ ਆ ਕਿ ਲੈਂਡ ਕਰਵਾਇਆ ਜਾਵੇ, ਲੈਂਡ ਰੈਂਟਲ ਕਰੋ, ਮਤਲਬ ਜ਼ਮੀਨ ਨੂੰ ਹੁਣ ਇਹ ਜਿਹੜੇ ਅਨਪ੍ਰੋਡਕਟਿਵ ਸੈਕਟਰ ਐਗਰੀਕਲਚਰ ਉਹਨਾਂ ਦੇ ਹੱਥਾਂ ਤੋਂ ਲੈ ਕੇ ਤੁਸੀਂ ਇੰਡਸਟਰੀ ਨੂੰ ਦਿਓ। ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ, ਦੂਜਾ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਜਿਹੜੇ ਲੋਕ ਕਿਸਾਨ ਹੈ ਉਹਨਾਂ ਨੂੰ ਕੁਛ ਹੋਰ ਕਰਨਾ ਨਹੀਂ ਆਉਂਦਾ ਕਿਸਾਨੀ ਇਲਾਵਾ, ਉਹਨਾਂ ਨੂੰ ਤੁਸੀਂ ਹੁਣ ਸਿਖਾਓ ਹਥੌੜਾ ਕਿਸਾਨ ਚਲਾਉਣਾ ਹੈ, ਮਜ਼ਦੂਰ ਕਿਸਾਨ ਬਣਨਾ ਹੈ, ਉਹਨੂੰ ਲੇਬਰ ਕਲਾਸ ਦੇ ਵਿੱਚ ਕਨਵਰਟ ਕਰਨ ਵਾਸਤੇ ਉਹਨਾਂ ਨੇ ਕਿਹਾ ਤੁਸੀਂ ਨਾ ਆਲ ਓਵਰ ਦੀ ਕੰਟਰੀ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟ ਬਣਾਓ। ਔਰ ਤੁਹਾਨੂੰ ਹੈਰਾਨਗੀ ਹੋਏਗੀ ਕਿ ਚਿਦੰਬਰਮ ਸਾਹਿਬ ਦੀ ਜਿਹੜੀ ਲਾਸਟ ਬਜਟ ਸੀਗੀ ਉਹਦੇ ਵਿੱਚ ਉਹਨਾਂ ਨੇ 1000 ITIs ਦਾ ਪ੍ਰਾਵਧਾਨ ਕੀਤਾ ਸੀਗਾ, ਉਹ ਸਿਰਫ ਜੋ ਵਰਲਡ ਬੈਂਕ ਨੇ ਕਿਹਾ। ਤਾਂ ਸਰਕਾਰ ਪੂਰੀ ਉਸੀ ਮਾਡਲ 'ਤੇ ਚੱਲ ਰਹੀ ਹੈ ਕਿ ਲੋਕਾਂ ਨੂੰ ਪਿੰਡਾਂ ਤੋਂ ਪਾਪੂਲੇਸ਼ਨ ਸ਼ਿਫਟ ਕਰਕੇ ਸ਼ਹਿਰਾਂ 'ਚ ਲਿਆ ਜਾਏ, ਲੇਕਿਨ ਗੱਲ ਇਹੀ ਹੈ, ਤੁਸੀਂ ਆਈ ਐਮ ਸ਼ੋਰ ਯੂ ਵਿਲ ਐਗਰੀ, 40 ਕਰੋੜ ਲੋਕ ਅਮੈਰੀਕਾ ਦੀ ਪਾਪੂਲੇਸ਼ਨ ਤੋਂ ਜ਼ਿਆਦਾ ਹੈਗੇ, ਤੁਸੀਂ ਕੁੱਲ ਪਾਪੂਲੇਸ਼ਨ ਤੋਂ ਵੀ ਜ਼ਿਆਦਾ, ਟੋਟਲ ਪਾਪੂਲੇਸ਼ਨ ਜ਼ਿਆਦਾ ਹੈਗੇ, ਉਹਨਾਂ ਲੋਕਾਂ ਨੂੰ ਤੁਸੀਂ ਕੀ ਕਰੋਗੇ? ਔਰ ਜਦ ਤੱਕ ਤੁਸੀਂ ਪਿੰਡਾਂ ਨੂੰ ਇੱਕ ਤਰ੍ਹਾਂ ਦਾ ਸੈਲਫ ਕੰਟੇਨਡ ਜਾਂ ਸਮਗਰ ਨਹੀਂ ਬਣਾਓਗੇ, ਕ੍ਰਾਈਸਿਸ ਬੜੇਗਾ, ਕ੍ਰਾਈਸਿਸ ਘੱਟ ਨਹੀਂ ਹੋਏਗਾ। ਲੇਕਿਨ ਕੋਈ ਸਰਕਾਰ ਜਿਹੜੀ ਆਉਂਦੀ ਹੈ ਉਹ 2-3-4-5 ਸਾਲ ਦੀ ਬੁਨਿਆਦ ਹੁੰਦੀ ਹੈ, ਉਹ ਅੱਗੇ ਦੇਖਦੇ ਨਹੀਂ ਹੈ ਕੀ ਹੋਏਗਾ। ਲੇਕਿਨ ਕਦੇ ਨਾ ਕਦੇ ਤਾਂ ਮੇਰੇ ਖਿਆਲ ਸਮਾਜ ਨੂੰ ਉੱਠ ਕੇ ਦੇਖਣਾ ਪਏਗਾ ਕਿ ਇਹ ਰਸਤਾ ਸਾਡਾ ਠੀਕ ਜਾ ਰਿਹਾ ਕਿ ਗਲਤ ਜਾ ਰਿਹਾ। ਇਹਦੇ ਨਾਲ ਇੱਕ ਜੁੜਿਆ ਹੋਰ ਸਵਾਲ ਜਿਹੜਾ ਤੁਹਾਡੇ ਕਾਫੀ ਉਸ ਦੇ ਉੱਤੇ ਐਕਸਪਰਟਾਈਜ਼ ਹੈਗੀ ਹੈ ਕਿ ਇਹ ਇੰਨੇ ਸਾਰੇ ਕਿਸਾਨਾਂ ਨੂੰ ਤੁਸੀਂ ਖੇਤੀ 'ਚੋਂ ਕੱਢ ਰਹੇ ਹੋ ਜੀ, ਤੇ ਫਿਰ ਖੇਤੀ ਦੀ ਉਪਜ ਦਾ ਕੀ ਬਣੇਗਾ? ਉਹ ਕਿੱਥੋਂ ਖਾਣ ਲਈ ਕਿੱਥੋਂ ਆਏਗਾ ਅਨਾਜ? ਉਹਦੀ ਤਿਆਰੀ ਵੀ ਹੋ ਰਹੀ ਹੈ। ਅਗਰ ਤੁਸੀਂ ਦੁਨੀਆ ਦਾ ਮਾਡਲ ਦੇਖੋ ਅੱਜ ਖੇਤੀ ਦਾ, ਹਾਂਜੀ, ਤੁਹਾਨੂੰ ਹੈਰਾਨਗੀ ਹੋਏਗੀ, ਅੱਜ ਅਸੀਂ ਅਮਰੀਕਾ ਦਾ ਮਾਡਲ, ਫੂਡ ਸਿਕਿਉਰਿਟੀ ਜਿਹੜਾ ਤੁਹਾਡਾ ਦੂਸਰਾ ਟੌਪਿਕ, ਫੂਡ ਸਿਕਿਉਰਿਟੀ ਵੀ ਹੈ, ਟੋਟਲ ਐਗਰੀਕਲਚਰ ਮਾਡਲ ਦੇਖੋ। ਹਾਂਜੀ, ਅਮਰੀਕਾ ਵਿੱਚ ਤੁਹਾਨੂੰ ਹੈਰਾਨਗੀ ਹੋਏਗੀ ਕਿ 7 ਲੱਖ ਲੋਕ ਖੇਤੀ 'ਚ ਰਹਿ ਗਏ। ਅੱਛਾ ਜੀ, ਔਰ 70 ਲੱਖ ਲੋਕ ਜੇਲ੍ਹ 'ਚ ਹੈ, ਬੇਲ 'ਤੇ ਹੈ ਜਾਂ ਪੈਰੋਲ 'ਚ ਰਹਿ ਗਏ। ਅੱਛਾ, 7 ਲੱਖ ਖੇਤੀ ਵਿੱਚ, 70 ਲੱਖ ਜੇਲ੍ਹ ਵਿੱਚ ਪੈਰੋਲ 'ਤੇ ਜਾਂ ਕਿਸੇ ਢੰਗ ਨਾਲ ਕੈਦ ਭੁਗਤ ਰਹੇ ਜੀ, ਉਹ 70 ਲੱਖ ਹੈਗੇ ਆ। ਅਤੇ ਮਤਲਬ ਖੇਤੀ ਵਿੱਚ ਰੁਝਾਨ ਖਤਮ ਕੀਤਾ ਗਿਆ, ਔਰ ਜਦ ਅਮਰੀਕਾ ਖੇਤੀ ਦੀ ਗੱਲ ਕਰਦਾ ਤਾਂ ਮਤਲਬ ਕਾਰਪੋਰੇਸ਼ਨਸ, ਮਸ਼ੀਨਸ, ਇਹਨਾਂ ਦੀ ਗੱਲਾਂ, ਬੈਂਕਾਂ ਦੁਆਰਾ, ਵੱਡੀਆਂ ਵੱਡੀਆਂ ਕੰਪਨੀਆਂ ਦੁਆਰਾ ਹੋ ਰਹੀ ਖੇਤੀ ਦੀ ਗੱਲ ਹੈਗੀ। ਯੂਰਪ ਵਿੱਚ ਤੁਹਾਨੂੰ ਹੈਰਾਨਗੀ ਹੋਏਗੀ ਕਿ ਹਰ ਮਿੰਟ ਇੱਕ ਕਿਸਾਨ ਖੇਤੀ ਛੋੜ ਕੇ ਬਾਹਰ ਜਾ ਰਿਹਾ, ਸਾਰਾ ਕੋਆਪਰੇਟਾਈਜੇਸ਼ਨ ਉੱਥੇ ਵੀ ਹੋ ਰਿਹਾ। ਹੁਣ ਤੁਸੀਂ ਦੇਖੋ ਡਿਵੈਲਪਿੰਗ ਕੰਟਰੀ ਦਾ ਹਾਲ, ਸਾਡੇ ਦੇਸ਼ ਵਿੱਚ ਇਹ ਕੋਸ਼ਿਸ਼ ਹੋ ਰਹੀ ਹੈ ਕਿ ਸਾਡੇ ਕਿਸਾਨ ਖੇਤੀ 'ਚੋਂ ਬਾਹਰ ਨਿਕਲਣ। WTO ਦਾ ਕੋਸ਼ਿਸ਼ ਇਹੀ ਹੈਗੀ, WTO ਵਰਲਡ ਟ੍ਰੇਡ ਆਰਗਨਾਈਜੇਸ਼ਨ ਜਿਹੜਾ ਹੈ ਉਹਦਾ ਪੂਰਾ ਅਸਲੀ ਪ੍ਰਾਵਧਾਨ ਇਹੀ ਹੈ ਕਿ ਕੰਟਰੀਜ਼ ਨੂੰ ਪੁਸ਼ ਕੀਤਾ ਜਾਏ। ਤੁਹਾਨੂੰ ਹੈਰਾਨਗੀ ਹੋਏਗੀ ਪਿਛਲੇ 30 ਸਾਲਾਂ 'ਚ WTO 'ਤੇ 14 ਸਾਲ ਮਿਲਾ ਕੇ ਦੁਨੀਆ ਵਿੱਚ 149
ਜਾਂ 150 ਦੇਸ਼ ਕਹਿ ਲਓ ਜਿਹੜੇ ਤੀਸਰੀ ਦੁਨੀਆ ਗਿਣੇ ਜਾਂਦੇ ਆ, ਹਾਂ, ਉਹਨਾਂ 'ਚੋਂ 105 ਮੁਲਕ ਤਾਂ ਆਲਰੇਡੀ ਫੂਡ ਇੰਪੋਰਟਿੰਗ ਕੰਟਰੀ ਬਣ ਚੁੱਕੇ ਆ। ਆਪਣਾ ਉਹਨਾਂ ਦੀ ਉਪਜ ਜਿਹੜੀ ਇੰਨੀ ਥੱਲੇ ਚਲੀ ਗਈ ਆ, ਬਾਹਰੋਂ ਉਹਨੂੰ ਮੰਗਾਉਣਾ ਪੈ ਰਿਹਾ। ਔਰ ਮੇਰਾ ਮੰਨਣਾ ਹੈ ਕਿ ਜਦ ਦੋਹਾ ਡਿਵੈਲਪਮੈਂਟ ਰਾਉਂਡ ਜਾਂ WTO ਦਾ ਚੱਲ ਰਿਹਾ, ਜਦ ਖਤਮ ਹੋ ਜਾਏਗਾ ਤਾਂ ਜਿਹੜੇ ਬਾਕੀ ਰਹਿ ਗਏ ਆ ਉਹ ਵੀ ਇਸੇ ਫੋਲਡ ਵਿੱਚ ਆ ਜਾਣਗੇ। ਔਰ ਕੌਣ ਪ੍ਰੋਡਿਊਸ ਕਰੇਗਾ? ਅਮਰੀਕਾ ਔਰ ਯੂਰਪ। ਵਾਰਨਿੰਗ ਨਾ, ਇਹ ਸੋਚੋ ਨਾ ਕਿ ਮਤਲਬ ਕਹਾਣੀ ਹੈ, ਤੁਹਾਨੂੰ ਹੈਰਾਨਗੀ ਹੋਏਗੀ ਕਿ ਅਮਰੀਕਾ ਔਰ ਯੂਰਪ 'ਚ ਕੀ ਹੋ ਰਿਹਾ। ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਨੇ ਪਹਿਲੀ ਫੂਡ ਫੈਕਟਰੀ ਤਿਆਰ ਕਰਤੀ ਹੈ। ਫੂਡ ਫੈਕਟਰੀ ਜੀ, ਉਹ 17 ਮੰਜ਼ਿਲ ਦੀ ਬਿਲਡਿੰਗ ਹੈ, ਉਹਦੇ ਵਿੱਚ ਪਹਿਲੀ ਮੰਜ਼ਿਲ ਤੋਂ ਬੀਜ ਆਏਗਾ, 17ਵੀਂ ਮੰਜ਼ਿਲ ਤੋਂ ਫੂਡ ਬਾਹਰ ਆਏਗਾ। ਨਾ ਕਿਸਾਨ ਦੀ ਜ਼ਰੂਰਤ ਹੈ, ਨਾ ਉਹਨਾਂ ਨੂੰ ਜ਼ਮੀਨ ਦੀ ਜ਼ਰੂਰਤ ਹੈ, ਟੋਟਲ ਮੈਕਨਾਈਜ਼ਡ, ਸਭ ਕੁਝ ਮੈਕਨਾਈਜ਼ਡ ਹੈ। ਔਰ ਉਹ ਕਹਿੰਦੇ ਕਿ ਇੱਕ ਬਿਲਡਿੰਗ ਜਿਹੜੀ ਹੈ ਉਹ ਲਾਸ ਏਂਜਲਸ ਵਰਗੇ ਸ਼ਹਿਰ ਵਾਸਤੇ ਪੂਰੀ ਹੈ। ਸਾਡੇ ਦਿੱਲੀ 'ਚ ਸ਼ਾਇਦ 15 ਚਾਹੀਦੀ ਹੋਣਗੀਆਂ, ਲੇਕਿਨ ਉਹਨਾਂ ਨੇ ਫੂਡ ਫੈਕਟਰੀ ਤਿਆਰ ਕਰਤੀ ਹੈ। ਕਿਸਾਨ ਦੀ ਜ਼ਰੂਰਤ ਨਹੀਂ ਹੈ, ਜ਼ਮੀਨ ਦੀ ਜ਼ਰੂਰਤ ਨਹੀਂ ਹੈ, ਇਹ ਹੁਣ ਸਾਡਾ ਐਗਰੀਕਲਚਰ ਦਾ ਫਿਊਚਰ ਹੈ। ਇਸ ਕਿਸਮ ਦੀ ਜਿਹੜੀ ਜਿਸ ਪਾਸੇ ਤੁਸੀਂ ਬੜੇ 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 ਲੂ ਕੰਢੇ ਖੜੇ ਕਰਨ ਵਾਲੇ ਤੁਸੀਂ ਇਨਕਸ਼ਾਫ ਆ ਜਿਹੜੇ ਤੁਸੀਂ ਪ੍ਰਗਟਾਵੇ ਕਰ ਰਹੇ ਹੋ, ਇਸ ਕਿਸਮ ਦੀਆਂ ਫੈਕਟਰੀਆਂ ਜਦੋਂ ਬਣਗੀਆਂ ਤਾਂ ਇਹਦੇ ਇੰਪੈਕਟ ਜਿਹੜੇ ਸੋਸ਼ਲ ਇੰਪੈਕਟ, ਹਿਊਮਨਟੇਰੀਅਨ ਇੰਪੈਕਟ, ਇਹ ਤਾਂ ਬੜਾ ਕੁਛ ਹੋਏਗਾ। ਤੇ ਦੇਖੋ ਗੱਲ ਇਹ ਨਾ ਕਿ ਉਹਨਾਂ ਦੀ ਕੰਟਰੀ ਵਿੱਚ ਤਾਂ ਇੰਪੈਕਟ ਪੈਣਾ ਨਹੀਂ ਹੈ, ਉੱਥੇ ਕਿਸਾਨ ਹੀ ਨਹੀਂ ਹੈਗੇ, ਬਾਕੀਆਂ ਲਈ, ਬਾਕੀ ਲਈ ਪੂਰੀ ਦੁਨੀਆ ਵਾਸਤੇ ਉਹਨਾਂ ਦੀ ਹੈਡਿਕ ਨਹੀਂ ਹੈ। ਉਹ ਕਹਿੰਦੇ ਆ ਕਿ ਵੀ ਅਸੀਂ ਤਾਂ ਮਾਡਲ ਇੱਕ ਤਿਆਰ ਕਰਤਾ ਹੈਗਾ। ਔਰ ਵਰਲਡ ਬੈਂਕ ਉਹਨੂੰ, ਹੁਣ ਤੁਹਾਨੂੰ ਹੈਰਾਨਗੀ ਹੋਏਗੀ, ਇਹ ਜਿਹੜਾ ਲਾਸ ਏਂਜਲਿਸ ਜਿਹੜਾ ਤੁਹਾਨੂੰ ਮੈਂ ਮਾਡਲ ਦੱਸਿਆ ਫੂਡ ਫੈਕਟਰੀ ਦਾ, ਵਰਲਡ ਬੈਂਕ ਉਹਨੂੰ ਅਸੈਸਮੈਂਟ ਕਰ ਰਿਹਾ ਕਿ ਇਹਨੂੰ ਸਬਸਿਡਾਈਜ਼ ਕਿਸ ਤਰ੍ਹਾਂ ਕੀਤਾ ਜਾਏਗਾ। ਜੇ ਇੱਕ ਵਾਰ ਸਬਸਿਡਾਈਜ਼ ਹੋ ਗਿਆ ਤਾਂ ਫਿਰ ਉਹ ਸਾਰੀ ਦੁਨੀਆ ਵਿੱਚ ਉਹ ਸ਼ੁਰੂ ਹੋ ਜਾਏਗਾ ਲੱਗਦਾ ਕੰਮ। ਔਰ ਕੋਸ਼ਿਸ਼ ਇਹ ਹੈ ਕਿਸਾਨ ਖੇਤੀ 'ਚੋਂ ਬਾਹਰ ਨਿਕਲਣ, ਕਾਰਪੋਰੇਟ ਐਗਰੀਕਲਚਰ ਹੋਏ। ਦੇਖੋ 3 ਕਿਸਮ ਦੀ ਕੰਪਨੀਆਂ ਅੱਜ ਖੇਤੀ ਦੇ ਕੰਟਰੋਲ 'ਤੇ ਹੈਗੀਆਂ, ਜਿਹਨਾਂ ਖੇਤੀ ਦੇ ਕੰਟਰੋਲ 'ਤੇ। ਇੱਕ ਹੈਗੀ ਹੈ ਟੈਕਨੋਲੋਜੀ ਕੰਪਨੀਜ਼, ਮੌਨਸੈਂਟੋ, ਸਿੰਜੈਂਟਾ, ਇਹ ਹੋ ਗਿਆ ਜਿਹੜੇ ਬੀਜ ਪੈਦਾ ਕਰਦੇ ਸੀਡਸ ਜੀ। ਇੱਕ ਕੰਪਨੀਆਂ ਹੈਗੀਆਂ ਜਿਹੜੀ ਟ੍ਰੇਡਿੰਗ ਕਰਦੀਆਂ, ਕਾਰਗਿਲ ਹੋਇਆ, ADM ਹੋਇਆ। ਤੀਜੀ ਕੰਪਨੀ ਹੈਗੀ ਤ੍ਰਿਮੂਰਤੀ, ਜਿਹਨੂੰ ਮੈਂ ਕਹਿੰਦਾ, ਉਹ ਹੈਗੀਆਂ ਵਾਲਮਾਰਟ, ਸੁਪਰ ਮਾਰਕੀਟਸ ਜਿਹੜੇ ਵੇਚਦੀਆਂ ਨੇ, ਰਿਟੇਲਿੰਗ ਕਰਦੀਆਂ, ਸੁਪਰ ਮਾਰਕੀਟ, ਟੈਸਕੋਜ਼, ਇਹ ਸਭ ਹੈਗੇ। ਹੁਣ ਇਹ ਤਿੰਨੋਂ ਜਿਹੜੇ ਹੈਗੇ ਨਾ ਜੀ, ਦੋਨੋਂ ਤਿੰਨੋਂ ਜਿਹੜੇ ਕਹਿ ਰਹੇ ਤ੍ਰਿਮੂਰਤੀ ਦੇ ਹਿੱਸੇ ਹੈਗੇ, ਹੁਣ ਇਹ ਮਰਜ ਕਰ ਰਹੇ ਆ, ਇਹ ਕਨਵਰਜੈਂਸ ਹੋ ਰਿਹਾ, ਔਰ ਉਹ ਫੂਡ ਫੈਕਟਰੀ ਵਿੱਚ ਕਨਵਰਜ ਹੋ ਜਾਏਗਾ। ਸੋ ਫੂਡ ਚੇਨ ਜਿਹੜੀ ਹੈ, ਜਿਹੜੀ ਅੱਜ ਤਿੰਨ ਕੰਪਨੀਆਂ ਦੇ ਕੰਟਰੋਲ ਵਿੱਚ ਹੈਗੀ ਹੈ, ਉਹ ਕਿਸੇ ਦੀ ਇੱਕ ਦੇ ਹੱਥ ਪਹੁੰਚ ਜਾਏਗੀ, ਕਨਵਰਜੈਂਸ ਹੋ ਜਾਏਗਾ, ਕਿਸਾਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਇਜ਼ ਕਮਾਲ ਦੀਆਂ ਇਹ ਜਿਹੜੇ ਪ੍ਰਗਟਾਵੇ ਸ਼ਰਮਾ ਜੀ ਤੁਸੀਂ ਕਰ ਰਹੇ ਹੋ ਜੀ। ਮੈਂ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਕਲੋਜ਼ ਕਰੀਏ, ਸੰਖੇਪ ਵਿੱਚ ਭਵਿੱਖ ਜਿਹੜਾ ਇਹ ਸਾਰਾ ਫੂਡ ਫੈਕਟਰੀ ਆ ਰਹੀ ਹੈ, ਕਿਸਾਨ ਨਿਕਲ ਰਹੇ ਨੇ, ਖੇਤੀ ਛੁੱਟ ਰਹੀ ਹੈਗੀ ਹੈ, ਇੱਕ ਮੈਨਹਟਨ ਇੰਡੀਆ ਦੇ ਵਿੱਚ ਬਣ ਰਿਹਾ ਹੈਗਾ ਤੀਸਰਾ, ਭਵਿੱਖ ਨੂੰ ਜੇ ਆਪਾਂ ਉਂਝ ਦੇਖਣਾ ਹੋਵੇ ਕਿ ਸਲਾਈਡ ਦੇ ਰੂਪ 'ਚ ਕਿੱਦਾਂ ਦੀ ਸਲਾਈਡ ਨਜ਼ਰ ਆਉਂਦੀ ਹੈ, ਹਿੰਦੁਸਤਾਨ ਦੀ ਕਿੱਦਾਂ ਦੀ ਸਲਾਈਡ ਨਜ਼ਰ ਆਉਂਦੀ? ਜਦ 2025 'ਚ ਮੇਰੇ ਬੱਚੇ ਬੜੇ ਹੋ ਜਾਣਗੇ ਜਾਂ ਤੁਹਾਡੇ ਬੱਚੇ ਬੜੇ ਹੋ ਜਾਣਗੇ ਤਾਂ ਉਹ ਜਿਸ ਤਰ੍ਹਾਂ ਤੁਸੀਂ ਪਹਿਲੇ ਕਹਿ ਰਹੇ ਸੀਗੇ, ਉਹੀ ਗੱਲ ਹੋਏਗੀ ਕਿ ਉਹ ਕਹਾਣੀਆਂ 'ਚ ਰਹਿ ਜਾਏਗਾ ਕਿ ਇੱਥੇ ਪਿੰਡ ਹੁੰਦੇ ਸੀਗੇ, ਇਸ ਤਰ੍ਹਾਂ ਕਿਸਾਨ ਸਾਡਾ ਖੇਤੀ ਕਰਦਾ ਸੀਗਾ, ਇਸ ਤਰ੍ਹਾਂ ਡੰਗਰ ਹੁੰਦੇ ਸੀ ਉਹਦੇ ਕੋਲ। ਉਹ ਸਾਰੀ ਗੱਲਾਂ ਆਪਣੀ ਕਹਾਣੀਆਂ 'ਚ ਰਹਿ ਜਾਣਗੀਆਂ। ਖੇਤੀ ਨੂੰ ਖਤਮ ਕਰਨ ਦੀ ਇੱਕ ਪੂਰੀ ਬੜੀ ਗਲੋਬਲ ਇੱਕ ਸਾਜ਼ਿਸ਼ ਹੈ, ਔਰ ਇਸ ਕਰਕੇ ਹੈ ਕਿਉਂਕਿ ਜਦ ਤੱਕ ਕਿਸਾਨ ਰਹਿਣਗੇ ਤਦ ਤੱਕ ਫੂਡ ਦਾ ਕੰਟਰੋਲ ਜਿਹੜਾ ਹੈਗਾ ਉਹ ਇੱਕ ਦੇਸ਼ 'ਤੇ ਜਾਂ ਇੱਕ ਕੁਛ ਕੰਪਨੀਆਂ ਦਾ ਕੰਟਰੋਲ ਉੱਤੇ ਨਹੀਂ ਹੋ ਸਕਦਾ। ਕਿਸਾਨ ਨੂੰ ਖਤਮ ਕਰਨਾ ਪਹਿਲਾ ਸਟੈਪ ਹੈ, ਔਰ ਇਸੇ ਕਰਕੇ ਸਾਰੇ ਜੋ ਮਾਡਲ ਹੈ ਦੇਸ਼ ਦਾ, WTO ਦੇ ਮਾਧਿਅਮ ਦੇ ਹੋਏ, ਜੈਨੈਟਿਕਲੀ ਮੋਡੀਫਾਈਡ ਕ੍ਰੋਪਸ ਦੇ ਨਾਲ ਹੋਏ, ਜਾਂ ਜੋ ਵੀ ਆ ਰਿਹਾ ਦਿਖ ਰਿਹਾ ਸੀ, ਉਹ ਸਭ ਉਸ ਤਰਫ ਚੱਲ ਰਿਹਾ। ਕਿਸਾਨ ਨੂੰ ਇਸ ਤਰ੍ਹਾਂ, ਮੇਰਾ ਮੰਨਣਾ ਹੈ ਕਿ ਇਟ ਇਜ਼ ਐਨ ਐਗਜ਼ਿਟ ਪਾਲਿਸੀ ਫੋਰ ਫਾਰਮਰਸ। ਓ ਦਰਸ਼ਕੋ, ਦਵਿੰਦਰ ਸ਼ਰਮਾ ਹੋਰਾਂ ਨਾਲ ਗੱਲਾਂ ਕਰਦੇ ਹਾਂ ਇਸ ਸਾਰੇ ਪ੍ਰੋਗਰਾਮ ਦੇ ਵਿੱਚ। ਬਹੁਤ ਸਾਰੇ ਅਹਿਮ ਅਜਿਹੇ ਖੁਲਾਸੇ ਹੋਏ ਨੇ ਜਿਨ੍ਹਾਂ ਨੂੰ ਸੁਣਦਿਆਂ ਮੇਰੇ ਲੂੰ ਕਈ ਵਾਰ ਕੰਢਿਆਏ ਨੇ। ਹੋ ਸਕਦਾ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਸੰਵੇਦਨਸ਼ੀਲ ਜਿਹੜੇ ਦਰਸ਼ਕ ਹਨ ਉਹਨਾਂ ਦੇ ਲੂੰ ਕੰਢਿਆ ਗਏ ਹੋਣ, ਖਾਸ ਤੌਰ 'ਤੇ ਉਹ ਦਰਸ਼ਕ ਜਿਨ੍ਹਾਂ ਦੇ ਪਿਤਾ ਅਤੇ ਪੁਰਖੇ ਖੇਤੀ ਦੇ ਵਿੱਚ ਨੇ, ਉਹ ਲੋਕ ਜੋ ਪਿੰਡਾਂ ਵਿੱਚ ਨੇ, ਉਹ ਲੋਕ ਜਿਨ੍ਹਾਂ ਦਾ ਸੰਬੰਧ ਟੇਢੇ ਮੇਢੇ ਢੰਗ ਨਾਲ, ਭਾਵੇਂ ਉਹ ਸ਼ਹਿਰਾਂ ਵਿੱਚ ਨੌਕਰੀਆਂ ਕਰਦੇ ਨੇ, ਸ਼ਹਿਰਾਂ ਵਿੱਚ ਪਲਾਨ ਕਰਕੇ ਨਿੱਕੇ ਨਿੱਕੇ ਬਿਜ਼ਨਸ ਕਰਨ ਆ ਗਏ ਨੇ, ਪਰ ਫਿਰ ਵੀ ਉਹਨਾਂ ਦੀ ਜੜ੍ਹਾਂ ਕਿਤੇ ਖੇਤੀ ਸੈਕਟਰ ਵਿੱਚ ਪਈਆਂ ਨੇ। ਪਿਕਚਰ ਸ਼ਰਮਾ ਜੀ ਨੇ ਜਿਹੜੀ ਆਖਰੀ ਦੱਸੀ ਹੈ ਕਿ ਕੁਝ ਸਾਲਾਂ ਬਾਅਦ, ਸ਼ਾਇਦ 10-20 ਸਾਲਾਂ ਬਾਅਦ, ਕਿਸ ਕਿਸਮ ਦਾ ਦੇਸ਼ ਸਾਡਾ ਦੇਸ਼ ਬਣਨ ਵਾਲਾ ਹੈ। ਹੋ ਸਕਦਾ ਇਹ ਅਮੀਰ ਹੋਵੇ, ਹੋ ਸਕਦਾ GDP ਗਰੋਥ, ਜਿਹਦੇ ਬਾਰੇ ਸ਼ਰਮਾ ਜੀ ਨੇ ਦੱਸਿਆ ਕਿ ਇਨਫੈਕਟ ਉਹ ਕਿਹੜੀ ਸੱਚੀ ਉੱਨਤੀ ਨਹੀਂ ਹੈ, ਉਹ ਇੱਕ ਨਕਲੀ ਕਿਸਮ ਦੀ ਉੱਨਤੀ ਹੈ, ਉਹ ਬਹੁਤ ਜ਼ਿਆਦਾ ਵੱਧ ਜਾਏ, ਪਰ ਇਸ ਦੇ ਬਾਵਜੂਦ ਸਾਡਾ ਬਹੁਤ ਸਾਰਾ ਕੁਛ ਖੁੱਸ ਵੀ ਚੁੱਕਾ ਹੋਏਗਾ। ਤਾਂ ਇਸ ਨੋਟ ਦੇ ਉੱਤੇ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਉਣ 'ਤੇ ਇਸ ਤਰ੍ਹਾਂ ਦੇ ਅਹਿਮ ਖੁਲਾਸੇ ਕਰਦੇ ਹਾਂ। ਥੈਂਕ ਯੂ।